ਪਿਆਰ ਦਾ ਸਬੂਤ ਦਿਓ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆ ਭਾਗਾ ਵਾਲੇ ਹਾਂ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੋੜ ਮਿਲ ਬੈਠਣ ਦਾ ਆਪਣੇ ਵੱਡਿਆਂ ਦੇ ਇਤਿਹਾਸ ਨਾਲ ਜੁੜਨ ਦਾ ਸਾਨੂੰ ਸੁਭਾਗਾ ਸਮਾਪਤ ਹੋਇਆ ਅੱਜ ਉਹ ਦਿਨ ਹੈ ਜਿਨ੍ਹਾਂ ਨੂੰ ਅਸੀਂ ਅਰਦਾਸ ਦੇ ਵਿੱਚ ਰੋਜ਼ਾਨਾ ਯਾਦ ਕਰਦੇ ਹਾਂ ਗੁਰਦਵਾਰਾ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਗੁਰਦੁਆਰੇ ਹੈ ਤੇ ਆਜ਼ਾਦ ਹੀ ਪਰ ਕਈ ਵਾਰ ਪ੍ਰਬੰਧਕ ਐਸੇ ਆ ਜਾਂਦੇ ਜਿਨ੍ਹਾਂ ਤੋਂ ਦੁਬਾਰਾ ਆਜ਼ਾਦ ਕਰਵਾਉਣਾ ਪੈਂਦਾ ਹੈ ਸੱਚ ਦੀ ਆਵਾਜ਼ ਬਾਬੇ ਨਾਨਕ ਨੇ ਜੋ ਸਮੇ ਦੀ ਗੱਲ ਆਖੀ ਸੀ ਔਰ ਜਿੱਥੇ ਵੈਕ ਕੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਜਦ ਇਸ ਪਾਵਨ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ ਔਰ ਜਿੱਥੋਂ ਕਾਲ ਯੁਗ ਦੇ ਸਮੇਂ ਗੁਰੂ ਨਾਨਕ ਬਾਦਸ਼ਾਹ ਮਹਾਰਾਜ ਇੱਕ ਸੂਰਜ ਦੀ ਤਰ੍ਹਾਂ ਪ੍ਰਗਟ ਹੋਏ ਔਰ ਜਿਹੜੀ ਧੁੰਦ ਹੈ ਇਹ ਸਾਰੀ ਖਤਮ ਕਰ ਦਿੱਤੀ। ਨਨਕਾਣਾ ਸਾਹਿਬ ਦੇ ਪਾਵਨ ਸ਼ਹੀਦ ਜਿਹੜਾ ਸਾਕਾ 1921 ਦੇ ਵਿੱਚ ਵਾਪਰਿਆ। ਔਰ ਲਗਭਗ ਅੱਜ 2021 ਚੱਲ ਰਿਹਾ ਹੈ। 100 ਸਾਲ ਹੋ ਗਏ ਇਸ ਸ਼ਹੀਦੀ ਸਾਕੇ ਨੂੰ ਆਪਰੇ। ਔਰ ਉਹਨਾਂ ਮਹਾਨ ਮਰਜੀਵੜਿਆਂ ਕੁਰਬਾਨੀ ਕਰਨ ਵਾਲਿਆਂ ਦੀ ਯਾਦ ਵਿੱਚ ਆਪਾਂ ਜੁੜ ਕੇ ਬੈਠੀ ਆ। ਆਓ ਇੱਕ ਵਾਰ ਉਹਨਾਂ ਦੀ ਕਮਾਈ ਦਾ ਧਿਆਨ ਕਰੀ। ਸਾਰੀਆਂ ਸੰਗਤ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਉਹਨਾਂ ਦੀ ਮਹਾਨ ਕੁਰਬਾਨੀ ਹੈ। ਕਿਸੇ ਕਵੀ ਨੇ ਕਿੱਡਾ ਸੋਹਣਾ ਲਿਖਿਆ ਹੈ। ਕਿ ਜਿਹੜੇ ਸ਼ਹੀਦ ਹੋ ਜਾਂਦੇ ਆ ਨਾ ਸ਼ਹੀਦ ਹੋ ਕੇ ਆਪਣੇ ਕੌਮ ਨੂੰ ਫੇਰ ਦੁਬਾਰਾ ਸੁਰਜੀਤ ਕਰ ਜਾਂਦੇ ਆ ਸ਼ਹੀਦ ਹੋ ਕੇ ਆਪਣੀ ਕੌਮ ਨੂੰ ਨਵਾਂ ਜੀਵਨ ਦੇ ਕੇ ਜਾਂਦੇ ਆ ਔਰ ਕੌਮ ਫਿਰ ਉਸੇ ਤਰ੍ਹਾਂ ਲੀਤੇ ਆ ਜਾਂਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਆਗਮਨ ਨਨਕਾਣਾ ਸਾਹਿਬ ਦੀ ਪਾਵਨ ਧਰਤੀ 'ਤੇ ਹੁੰਦਾ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਸਿੱਖ ਧਰਮ ਦਾ ਮੁੱਢ ਬਣਿਆ ਥੋੜੀ ਜੀ ਅਰੰਭਤਾ ਕਰਨ ਲੱਗਾ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਇੱਕ ਮਾਰਗ ਦਿੱਤਾ ਦੁਨੀਆਂ ਦੇ ਲੋਕਾਂ ਨੂੰ ਜਿਸ ਮਾਰਗ ਤੇ ਚੱਲ ਕੇ ਬੜੇ ਸਹਿਜੇ ਤਰੀਕੇ ਦੇ ਨਾਲ ਅਕਾਲ ਪੁਰਖ ਦੇ ਵਿੱਚ ਅਭੇਦ ਹੋਇਆ ਜਾਂਦਾ ਹੈ ਇਹਦੇ ਨਾਲ ਹੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਵਿੱਚੋਂ ਇੱਕ ਮਾਰਗ ਦੀ ਹੋਰ ਅਰੰਭਤਾਵਦੀ ਹੈ। ਇੱਕ ਹੋਰ ਰਸਤਾ ਨਿਕਲਦਾ ਹੈ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਵੱਡੇ ਸੁਪੁੱਤਰ ਹੋਏ ਬਾਬਾ ਸ਼੍ਰੀ ਚੰਦ ਜੀ। ਉਹਨਾਂ ਨੇ ਉਦਾਸੀ ਸੰਪਰਦਾ ਦੀ ਅਰੰਭਤਾ ਕੀਤੀ ਹੈ। ਔਰ ਬਾਬਾ ਸ਼੍ਰੀ ਚੰਦ ਲਗਭਗ 148 ਸਾਲ ਦੀ ਉਮਰ ਭੋਗੀ ਉਹਨਾਂ ਨੇ। 148 ਸਾਲ ਤਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਸਿੱਖ ਧਰਮ ਦੀ ਆਰੰਭਤਾ ਕੀਤੀ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਸ਼੍ਰੀ ਚੰਦ ਨੇ ਉਦਾਸੀ ਸੰਪਰਦਾ ਦੀ ਆਰੰਭਤਾ ਕੀਤੀ ਹੈ ਇਹ ਵੀ ਇਸੇ ਤਰ੍ਹਾਂ ਰਸਤਾ ਤੁਰਿਆ ਚੱਲਦਾ ਹੈ ਔਰ ਦੂਸਰਾ ਰਸਤਾ ਬਾਬਾ ਸ਼੍ਰੀ ਚੰਦ ਵਾਲਾ ਉਹਦੇ ਨਾਲ ਵੀ ਲੋਕ ਬੜੇ ਜੁੜੇ ਆ ਕੋਈ ਵੀ ਰਸਤਾ ਜਦੋਂ ਆਰੰਭ ਹੁੰਦਾ ਹੈ ਕੋਈ ਵੀ ਸੰਪਰਦਾ ਕੋਈ ਵੀ ਸੰਸਥਾ ਆਰੰਭ ਹੁੰਦੀ ਉਹਦੇ ਨਾਲ ਲੋਕ ਜੁੜਦੇ ਵੀ ਬੜੇ ਆ ਔਰ ਉਹਨੂੰ ਭੰਡਣ ਵਾਲੇ ਵੀ ਬੜੇ ਹੁੰਦੇ ਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅਨਿਆਈ ਵੀ ਬੜੇ ਐ, ਮੰਨਣ ਵਾਲੇ ਬੜੇ ਐ। ਇਧਰ ਦੂਸਰੇ ਬੰਨੇ ਬਾਬਾ ਸ਼੍ਰੀਚੰਦ ਨੂੰ ਮੰਨਣ ਵਾਲੇ ਵੀ ਬੜੇ ਐ। ਪਰ ਇੱਕ ਜਗ੍ਹਾ ਤੇ ਆ ਕੇ ਇਹਨਾਂ ਦਾ ਇਕੱਠ ਵੀ ਹੋ ਜਾਂਦਾ ਹੈ। ਭਾਵੇਂ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਗੱਲ ਬਾਬਾ ਸ਼੍ਰੀਚੰਦ ਨੇ ਮੰਨੀ ਨਹੀਂ ਕਿ ਰੱਬ ਨੂੰ ਮਿਲਣ ਦਾ ਰਸਤਾ ਇਹ ਨਹੀਂ, ਰੱਬ ਨੂੰ ਮਿਲਣ ਦਾ ਰਸਤਾ ਇਹ ਹੈ। ਬਾਪੂ ਤੇ ਝੂਠ ਮਾਰਦਾ ਪਹਿਲਾਂ ਨਹੀਂ ਗੱਲ ਮੰਨੀ ਪਰ ਜਿਉਂ-ਜਿਉਂ ਉਮਰ ਭੋਗੀ ਜਿਉਂ-ਜੋ ਦੁਨੀਆਂ ਵੇਖੀ ਜਿਉਂ-ਜੋ ਗਿਆਨ ਵਧਿਆ ਤਿਉਂ ਤੋਂ ਇਤਿਹਾਸ ਕਰ ਕਹਿੰਦੇ ਨੇ ਗੁਰਸਿੱਖੀ ਦੇ ਬਹੁਤ ਨੇੜੇ ਆਉਣ ਲੱਗ ਪਏ ਇਹਨੇ ਕਿ ਦੂਰ ਚਲੇ ਗਏ ਬੜਾ ਨੇੜੇ ਆਉਂਦੀ ਇੱਕ ਦਿਨ ਐਸਾ ਸਮਾਂ ਆਇਆ ਜਦੋਂ ਬਾਬਾ ਸ਼੍ਰੀ ਚੰਦ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਿੱਚ ਆਏ ਔਰ ਆਪਣੀ ਝੋਲੀ ਦੇ ਵਿੱਚ ਬਾਬੇ ਗੁਰਦਿੱਤੇ ਨੂੰ ਪਾ ਲਿਆ। ਔਰ ਬਾਬਾ ਗੁਰਦਿੱਤਾ ਬਾਬਾ ਸ਼੍ਰੀਚੰਦ ਤੋਂ ਬਾਅਦ ਇਸ ਉਦਾਸੀ ਅਰੰਭ ਇਸ ਉਦਾਸੀ ਸੰਪਰਦਾ ਦੀ ਅਗਵਾਈ ਕਰਦੇ ਰਹੇ। ਇਹਦੂ ਗਾਂ ਧੂਣੀਆਂ ਔਰ ਬੜਾ ਕੁਝ ਪਰ ਬਾਬਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਰਸਤੇ ਨੂੰ ਤਿਆਗਿਆ ਨਹੀਂ। ਉਸੇ ਤਰ੍ਹਾਂ ਗੁਰਮਤ ਦੀ ਅਗਵਾਈ ਦੇ ਵਿੱਚ ਇਸ ਉਦਾਸੀ ਸੰਪਰਦਾ ਦੀ ਅਗਵਾਈ ਕੀਤੀ ਹੈ। ਉਹਨਾਂ ਨੂੰ ਗਿਆਨ ਦਿੰਦੇ ਰਹੇ ਪਹਿਲਾਂ ਵੱਖਰਾ ਸੀ ਪਰ ਬਾਅਦ ਵਿੱਚ ਇਕੱਠਾ ਹੋ ਗਿਆ ਇਹਨਾਂ ਦੇ ਨਾਲ ਸਾਡੀ ਸਾਂਝ ਬਣਦੀ ਰਹੀ ਇਕੱਠੇ ਹੋ ਗਏ ਸਮਾਂ ਆਇਆ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਤੋਂ ਵਾਦਾ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਦੀ ਧਰਤੀ ਤੇ ਆਏ ਆਪਾਂ ਨੂੰ ਪਤਾ ਹੈ ਕਿ ਕਿੱਡੇ ਵੱਡੇ ਉਦੋਂ ਦਖਾਂਤ ਵਾਪਰੇ ਹੈ ਛੋਟੇ ਸਹਿਬਜਾਦੇ ਉਹਨਾਂ ਦੀ ਕੁਰਬਾਨੀ ਦਾ ਬਦਲਾ ਔਰ ਵਜ਼ੀਰ ਖਾਂ ਦੇ ਨੱਕ ਚ ਨਕੇਲ ਇਹ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਮਹਾਨ ਯੋਧਿਆਂ ਨੇ ਕੀਤਾ ਔਰ ਸਮਾਂ ਆਉਂਦ ਰਿਹਾ ਸਮੇਂ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਵੈਰ ਵਧਾ ਦਿੱਤਾ ਬਹੁਤ ਜ਼ਿਆਦਾ ਤੇ ਇੱਕ ਦਿਨ ਉਹ ਸਮਾਂ ਆਇਆ ਜਦੋਂ ਸਿੱਖਾਂ ਨੂੰ ਆਪਣੇ ਘਰ ਵੀ ਛੱਡਨੇ ਪਏ ਤੇ ਗੁਰਦੁਆਰਾਂ ਵੀ ਖਾਲੀ ਕਰਨੇ ਪਏ ਇੱਕ ਦਿਨ ਅਜਿਹਾ ਸਮਾਂ ਆ ਗਿਆ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਹੈ ਕਿ ਸਿੱਖਾਂ ਦੇ ਅੰਦਰ ਆਜ਼ਾਦੀ ਇਹਨਾਂ ਦੇ ਗੁਰਧਾਮਾਂ ਤੋਂ ਪ੍ਰਾਪਤ ਹੁੰਦੀ ਹੈ ਜੇ ਇਹਨਾਂ ਦੇ ਗੁਰਧਾਮ ਨਾ ਰਹਿ ਤੇ ਸਿੱਖ ਵੀ ਕਦੇ ਨਹੀਂ ਰਹਿਣਗੇ ਜਿਹੜਾ ਅਸੀਂ ਨਿਸ਼ਾਨਾ ਮਿੱਥਿਆ ਹੈ ਨਾ ਸਿੱਖਾਂ ਦਾ ਖੁਰਾ ਖੋਜ ਮਟਾਉਣਾ ਜੇ ਇਹਨਾਂ ਦੇ ਗੁਰਧਾਮ ਨਾ ਰਹਿ ਤੇ ਇਹਨਾਂ ਦਾ ਖੁਰਾ ਖੋਜ ਮਿਟ ਜਾਵੇਗਾ ਸਮੇਂ ਦੀ ਸਰਕਾਰ ਨੇ ਸਿੱਖਾਂ ਦੇ ਨਾਲ ਇਸ ਤਰ੍ਹਾਂ ਵੈਰ ਵਧਾਇਆ ਔਰ ਇਹਨਾਂ ਨੂੰ ਆਪਣੇ ਘਰ ਇਹਨਾਂ ਨੂੰ ਗੁਰਧਾਮ ਖਾਲੀ ਕਰਨੇ ਪਏ ਜੰਗਲਾ ਪਹਾੜਾਂ ਦੇ ਵਿੱਚ ਜਾ ਕੇ ਇਹਨਾਂ ਨੇ ਆਪਣਾ ਵਾਸਾ ਕੀਤਾ ਔਰ ਇਹਨਾਂ ਸਮਿਆਂ ਦੇ ਵਿੱਚ ਉਦਾਸੀ ਮਹੰਤ ਗੁਰਧਾਮਾਂ ਦੀ ਗੁਰੂ ਘਰਾਂ ਦੀ ਸੇਵਾ ਸੰਭਾਲ ਕਰਦੀ ਹੈ ਸੋਹਣੇ ਤਰੀਕੇ ਦੇ ਨਾਲ ਸੇਵਾ ਸੰਭਾਲ ਕੀਤੀ ਭੈ ਭਾਵਨੀ ਦੇ ਵਿੱਚ ਰਹਿ ਕੇ ਸੇਵਾ ਸੰਭਾਲ ਕੀਤੀ ਹੈ ਬੜੇ ਸੋਹਣੇ ਢੰਗ ਦੇ ਨਾਲ ਔਰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਆਇਆ ਔਰ ਬੜਾ ਜਿਆਦਾ ਉਹਨਾਂ ਨੇ ਰਾਜ ਭੋਗਿਆ ਅੱਧੀ ਸਦੀ ਲਗਭਗ ਸਿੱਖਾਂ ਨੇ ਰਾਜ ਕੀਤਾ ਔਰ ਯਾਦ ਰੱਖੋ ਖਾਲਸਾ ਜੀ ਦੁਨੀਆ ਦੇ ਲੋਕ ਜਦੋਂ ਅੱਜ ਵੀ ਸਿੱਖ ਰਾਜ ਨੂੰ ਪੜਦੇ ਤੇ ਚਾਹੁੰਦੇ ਆ ਕਿ ਉਸੇ ਤਰ੍ਹਾਂ ਦਾ ਰਾਜ ਆ ਜਾਵੇ ਅੱਜ ਵੀ ਚਾਹੁੰਦੇ ਆ ਕਿ ਜੋ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਹੈ ਇਸੇ ਤਰ੍ਹਾਂ ਦਾ ਰਾਜ ਆ ਜਾਵੇ ਮਹਾਰਾਜਾ ਰਣਜੀਤ ਸਿੰਘ ਨੇ ਲਗਭਗ ਅੱਧੀ ਸਦੀ ਇਹ ਰਾਜ ਤੇ ਸਿੱਖਾਂ ਨੇ ਕੀਤਾ ਪਰ ਬਹੁਤੀ ਜ਼ਿਆਦਾ ਇਹ ਤਵੱਜੋ ਗੁਰਧਾਮਾਂ ਦੀ ਆਜ਼ਾਦੀ ਵਾਸਤੇ ਨਹੀਂ ਜੇ ਕਰ ਸਕੀ ਇਹਨਾਂ ਵਿੱਚ ਜਿਹੜੀ ਵਿਚਾਰਧਾਰਾ ਚੱਲਦੀ ਹੈ ਨਾ ਉਹ ਆਜ਼ਾਦੀ ਹੁੰਦੀ ਹੈ ਜੇ ਸਾਡੀ ਵਿਚਾਰਧਾਰਾ ਹੀ ਗੁਲਾਮ ਹੈ ਸੱਚ ਕਰਕੇ ਜਾਣੋ ਬਾਰੀ ਤੌਰ ਤੇ ਪਹਿਰਾਵਾ ਤੇ ਹੋ ਸਕਦਾ ਸਾਡਾ ਆਜ਼ਾਦ ਪਰ ਸਾਡੀ ਵਿਚਾਰਧਾਰਾ ਅਜੇ ਗੁਲਾਮ ਹੈ ਜਦੋਂ ਤੱਕ ਵਿਚਾਰ ਕਰਕੇ ਅਸੀਂ ਪੂਰੇ ਆਜ਼ਾਦ ਨਹੀਂ ਉਦੋਂ ਤੱਕ ਆਜ਼ਾਦ ਨਹੀਂ ਹੋ ਸਕਦੇ ਇਹ ਜਿਹੜੇ ਸਾਧੂ ਮਹੰਤ ਉਦਾਸੀ ਹੈ ਇਤਿਹਾਸ ਕਰ ਕੇ ਕਹਿੰਦੇ ਬਹੁਤਾ ਜਿਆਦਾ ਇਸ ਭਾਰ ਦੀ ਧਰਤੀ ਤੇ ਹਿੰਦੂਆਂ ਦੇ ਨਾਲ ਬ੍ਰਾਹਮਣਾਂ ਦੇ ਨਾਲ ਮੇਲਜੋਲ ਹੋਣ ਕਰਕੇ ਇਹਨਾਂ ਦੀ ਵਿਚਾਰਧਾਰਾ ਵੀ ਉਹੀ ਬ੍ਰਾਹਮਣੀ ਮਤ ਵਰਗੀ ਰਹੀ ਹੈ ਸਾਡੇ ਬਜ਼ੁਰਗਾਂ ਨੂੰ ਪਤਾ ਹੋਵੇਗਾ ਕਿ ਜਦੋਂ ਇਹ ਗੁਰਧਾਮ ਆਜ਼ਾਦ ਕਰਵਾਏ ਉਦੋਂ ਦਰਬਾਰ ਸਾਹਿਬ ਦੀ ਪ੍ਰਕਰਮਾ ਦੇ ਵਿੱਚ ਵੀ ਸਮਾ ਸੀ ਜਦੋਂ ਮੂਰਤੀਆਂ ਆ ਗਈਆਂ ਭਾਵੇਂ ਕਿ ਮੂਰਤੀ ਦਾ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦਾ ਨੇੜੇ ਦਾ ਸਬੰਧ ਵੀ ਨਹੀਂ ਹੈ ਪਰ ਉਹਨਾਂ ਨੇ ਦੁਕਾਨਾਂ ਖੋਲ੍ਹ ਲਈਆਂ ਮੂਰਤੀਆਂ ਰੱਖ ਲਈਆਂ ਫਿਰ ਸਿੱਖ ਸੰਗਤ ਦੇ ਹੱਥ ਵੇਖਦੇ ਆ ਪਤਰੀਆਂ ਵਾਜਦੇ ਕੋਣ ਜਿਹੜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਿੱਚ ਸੇਵਾ ਕਰਦੀ ਹੈ ਇਤੋਂ ਤੱਕ ਸਾਡੀ ਵਿਚਾਰਧਾਰਾ ਜਿਹੜੀ ਉਹ ਨਿੱਗਰ ਚੁੱਕੀ ਹੈ ਇਹਦਾ ਕਾਰਨ ਸੀ ਕਿ ਇਹਨਾਂ ਉਦਾਸੀ ਮਹੰਤਾਂ ਦਾ ਬਹੁਤਾ ਭਾਰਤ ਦੇ ਇਨ੍ਹਾਂ ਹਿੰਦੂ ਔਰ ਬ੍ਰਹਮਣ ਲੋਕਾਂ ਦੇ ਨਾਲ ਸੰਬੰਧ ਉਹਨਾਂ ਕਰਕੇ ਇਹਨਾਂ ਦੀ ਵਿਚਾਰਧਾਰਾ ਇਹਨਾਂ ਦੇ ਉੱਪਰ ਅਸਰ ਕਰ ਗਈ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੈ ਇਤਿਹਾਸਕਾਰ ਕਹਿੰਦੇ ਨੇ ਜੰਗਾਂ ਜਿੱਤੀਆਂ ਔਰ ਮਹਾਰਾਜਾ ਰਣਜੀਤ ਸਿੰਘ ਨੇ ਇੱਕੋ ਇੱਕ ਮਿਸਲ ਰਹਿ ਗਈ ਉਹਨਾਂ ਦੀ ਸ਼ੁਕਰ ਚੱਕੀਆ ਬਾਕੀ ਸਾਰੀਆਂ ਆਪਸ ਵਿੱਚ ਮਿਲਾ ਲਈਆਂ ਇਕੱਠੀ ਹੋ ਗਈ ਔਰ ਮਹਾਰਾਜਾ ਰਣਜੀਤ ਸਿੰਘ ਨੇ ਗੁਰੂ ਘਰਾਂ ਦੇ ਨਾਂ ਦੇ ਨਾਲ ਬਹੁਤ ਜ਼ਗੀਰਾ ਲਾਦ ਕੇ ਜ਼ਮੀਨਾਂ ਲਾ ਦਿੱਤੀਆਂ ਹੁਣ ਸੇਵਾ ਤੇ ਉਦਾਸੀ ਕਰਦੇ ਐ ਮਹੰਤ ਕਰਦੇ ਐ ਇਤਿਹਾਸ ਕਰ ਗਵਾਹੀ ਦਿੰਦੇ ਐ ਕਿ ਜਦੋਂ ਬਹੁਤੀ ਜ਼ਮੀਨ ਆ ਗਈ ਜ਼ਗੀਰ ਆ ਗਈ ਧਨ ਦੌਲਤ ਦੇ ਸਾਧਨ ਬਣ ਗਏ ਇਹਨਾਂ ਦਾ ਜੀਵਨ ਵੀ ਅਜਾਸੀ ਹੋਣਾ ਸ਼ੁਰੂ ਹੋ ਗਿਆ ਜਦੋਂ ਅੰਗਰੇਜ਼ਾਂ ਦਾ ਰਾਜ ਆਇਆ 1849 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਦਸਕੂਸਾਲਾਂ ਦੇ ਵਿੱਚ ਰਾਜਖਿੰਡਰ ਪੁੰਡਰ ਜਾਂਦਾ ਔਰ ਜਦੋਂ ਅੰਗਰੇਜ਼ਾਂ ਨੇ ਆ ਕੇ ਰਾਜ ਕੀਤਾ ਅੰਗਰੇਜ਼ਾਂ ਨੇ ਕੱਲਾ ਭਾਰਤ ਦੇ ਉੱਪਰ ਨਹੀਂ ਗੁਰਦ ਆਮਾਂ ਦੇ ਉੱਪਰ ਵੀ ਕਬਜ਼ਾ ਕਰ ਲਿਆ ਔਰ ਸਾਧ ਸੰਗਤ ਇਥੋਂ ਤੱਕ ਇਤਿਹਾਸ ਪੜਿਆਂ ਪਤਾ ਲੱਗਦਾ ਹੈ ਕਿ ਸਾਡੇ ਗੁਰਦ ਆਮਾਂ ਦੇ ਉੱਪਰ ਜਿਹੜੇ ਮਹੰਤ ਜਾਂ ਜਿਹੜੇ ਪ੍ਰਬੰਧਕ ਹੁੰਦੇ ਆ ਜਿਹੜੇ ਮੁਖੀ ਹੁੰਦੇ ਆ ਉਹ ਥਾਪੇ ਜਾਂਦੇ ਆ ਜਿਨ੍ਹਾਂ ਨੂੰ ਅੰਗਰੇਜ਼ ਥਾਪਦੇ ਆ ਕੋਈ ਵੀ ਸਿੱਖ ਸੰਸਥਾ ਕੋਈ ਵੀ ਸੰਪਰਦਾ ਇਹਨਾਂ ਦੇ ਉੱਪਰ ਕਬਜ਼ਾ ਨਹੀਂ ਕਰ ਸਕਦੀ। ਇਹਨੇ ਅਸੀਂ ਗੁਲਾਮ ਹੋ ਚੁੱਕੇ ਹਾਂ। ਕੋਈ ਵੀ ਪ੍ਰਬੰਧਕ ਥਾਪਣਾ ਹੈ, ਕੋਈ ਵੀ ਇਥੋਂ ਦਾ ਮੁਖੀ ਬਣਾਉਣਾ ਹੈ, ਉਹ ਗੁਰਦੁਆਰਾਂ ਦਾ ਮੁਖੀ ਉਹ ਬਣਦਾ ਜਿਹੜਾ ਅੰਗਰੇਜ਼ ਚਾਹੁੰਦੇ ਐ। ਔਰ ਸਤ ਸੰਗਤ ਇਤਿਹਾਸ ਕਰ ਕਹਿੰਦੇ ਜਦੋਂ ਅੰਗਰੇਜ਼ ਇਸ ਧਰਤੀ ਤੇ ਆਏ ਨਾ ਖਾਸ ਕਰਕੇ ਪੰਜਾਬ ਦੇ ਲੋਕਾਂ ਵਿੱਚ ਵਿਚਰੇ ਐ। ਆਪਸ ਵਿੱਚ ਬੈਠ ਕੇ ਉਹਨਾਂ ਨੇ ਮੀਟਿੰਗ ਕੀਤੀ ਐ। ਆंदे ਵੀ ਸਾਨੂੰ ਭਾਰਤ ਦੇ ਵਿੱਚ ਕਿਹੜੀ ਚੀਜ਼ ਤੋਂ ਖਤਰਾ ਹੋ ਸਕਦਾ ਹੈ ਕਿਹੜੇ ਲੋਕਾਂ ਤੋਂ ਖਤਰਾ ਹੋ ਸਕਦਾ ਹੈ ਜਦੋਂ ਆਪਾਂ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਫਿਰ ਕੇ ਵੇਖਿਆ ਨਾ ਤੇ ਆਪਸ ਦੇ ਵਿੱਚ ਗੱਲਾਂ ਕਰਦੇ ਆंदे ਵੀ ਸਾਨੂੰ ਭਾਰਤ ਦੇ ਵਿੱਚ ਇੱਕੋ ਇੱਕ ਕੌਮ ਤੋਂ ਖਤਰਾ ਉਹ ਸਿੱਖ ਕੌਮ ਹੈ ਜਿਹੜਾ ਸਾਡੇ ਡਟ ਕੇ ਮੁਕਾਬਲਾ ਕਰ ਸਕਦੀ ਹੈ ਬਗਾਵਤ ਕਰ ਸਕਦੀ ਹੈ ਆंदे ਵੀ ਉਹ ਕਿਉਂ ਇਹਨਾਂ ਦੇ ਅੰਦਰ ਸ਼ਕਤੀ ਕਿੱਥੋਂ ਆਉਂਦੀ ਹੈ ਉਹਨਾਂ ਨੇ ਆਖਿਆ ਵੀ ਜੇ ਇਹਨਾਂ ਦੇ ਅੰਦਰ ਸ਼ਕਤੀ ਹੈ ਤੇ ਆਪਣੇ ਗੁਰਧਾਮਾਂ ਦੇ ਵਿੱਚੋਂ ਆਜ਼ਾਦੀ ਪ੍ਰਾਪਤ ਕਰਨ ਦੀ ਸ਼ਕਤੀ ਪ੍ਰਾਪਤ ਹੁੰਦੀ ਹੈ ਆਪਣੇ ਗੁਰੂ ਧਾਮਾਂ ਦੇ ਵਿੱਚੋਂ ਗੁਰਦੁਆਰਿਆਂ ਦੇ ਵਿੱਚ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਆਪਣੇ ਗੁਰੂਆਂ ਦੀ ਵਿਚਾਰਧਾਰਾ ਨੂੰ ਅਪਣਾਉਂਦੇ ਹੈ ਇਹਨਾਂ ਦੇ ਅੰਦਰ ਆਜ਼ਾਦ ਰਹਿਣ ਦੀ ਬਿਰਤੀ ਪੈਦਾ ਹੁੰਦੀ ਹੈ ਸੋਚ ਇਹਨਾਂ ਦੀ ਆਜ਼ਾਦ ਹੁੰਦੀ ਹੈ ਆਂਦੇ ਕਿਉਂ ਨਾ ਹੋਵੇ ਜੇ ਹੌਲੀ 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 ਕਰਦੇ ਆ ਇਹਨਾਂ ਦੇ ਗੁਰਦੁਆਮਾਂ ਦੇ ਉੱਪਰ ਪੂਰਨ ਤੌਰ ਤੇ ਕਬਜ਼ਾ ਕਰ ਲਿਆ ਜਾਂਦਾ ਹੈ ਇਹਨਾਂ ਦੀ ਆਉਣ ਵਾਲੀ نسل ਦੇ ਅੰਦਰ ਵੀ ਚਾਹ ਰਹੀ ਆਪਣੀ ਪਾ ਦਈਏ ਇਸੇ ਤਰ੍ਹਾਂ ਕੀਤਾ ਜਿਹੜੇ ਸਰਬਰਾਹ ਉਹ ਪੈਦਾ ਕਰਦੇ ਰਹੇ ਆਪਣੇ ਕਰਦੇ ਰਹੇ ਔਰ ਜਿਹੜੀਆਂ ਜ਼ਗੀਰਾਂ ਜਿਹੜੀਆਂ ਜ਼ਮੀਨਾਂ ਮਹਾਰਾਜਾ ਰਣਜੀਤ ਸਿੰਘ ਨੇ ਗੁਰਦੁਆਰਿਆਂ ਦੇ ਨਾਮ ਲਗਾਈਆਂ ਸੀ ਹੁਣ ਜਦੋਂ ਨਹਿਰਾਂ ਕੱਢੀਆਂ ਗਈਆਂ ਇਹਨਾਂ ਨੂੰ ਆਮਦਨ ਦਾ ਸਾਧਨ ਜਿਆਦਾ ਬਣਾ ਲਿਆ ਇਤਿਹਾਸਕਾਰ ਕਹਿੰਦੇ ਨੇ ਪੂਰਨ ਤੌਰ ਤੇ ਕਬਜ਼ਾ ਜਿਹੜਾ ਉਹ ਇਨ੍ਹਾਂ ਮਹੰਤਾ ਦਾ ਹੋ ਗਿਆ ਫਿਰ ਗੁਰਦੁਆਰਿਆਂ ਤੇ ਨਹੀਂ ਲੱਗਾ ਉਹ ਸਿੱਧਾ ਆਪਣੇ ਕੋਲ ਉਹਨਾਂ ਦੇ ਪ੍ਰਬੰਧ ਆਉਂਦਾ ਰਿਹਾ ਹੈ ਧਨ ਦੌਲਤ ਉਹਨਾਂ ਮਹੰਤਾ ਦੇ ਕੋਲ ਆਈ ਔਰ ਉਹਨਾਂ ਨੂੰ ਆਪਣੇ ਨਿੱਜੀ ਸਵਾਰਥਾਂ ਵਾਸਤੇ ਵਰਤਦੇ ਰਹੇ ਹੈ ਇਹੀ ਕਾਰਨ ਗੁਰਦੁਆਰਾ ਤਰਨਤਾਰਨ ਸਾਹਿਬ ਸ੍ਰੀ ਹਰਮੰਦਰ ਸਾਹਿਬ ਗੁਰਦੁਆਰਾ ਬੀਰ ਸਿਆਲਕੋਟ ਇਸਾਰੇ ਜਿਹੜੇ ਕਬਜ਼ੇ ਲੈਣੇ ਪਏ ਇਹ ਬਾਅਦ ਵਿੱਚ ਲੈਣੇ ਪਏ ਇਸੇ ਕਰਕੇ ਕਿਉਂਕਿ ਇਹਨਾਂ ਦੇ ਮਹੰਤ ਅਜਾਸੀ ਜੀਵਨ ਵਾਲੇ ਅੱਜ ਜਿਹੜੀਆਂ ਇਹ ਗੱਲਾਂ ਕਰਦੇ ਆ ਨਾ ਉਹਨਾਂ ਲੋਕਾਂ ਦੇ ਮਨਾਂ ਵਿੱਚ ਇਹ ਕੁਰਤੀਆਂ ਆ ਗਈਆਂ ਸਨ ਬਿਨਾ ਵਿਆਹ ਕੀਤੇ ਕਿਸੇ ਇਸਤਰੀ ਨਾਲ ਸਬੰਧ ਬਣਾਉਣੇ ਇਹ ਉਹਨਾਂ ਲੋਕਾਂ ਦੇ ਉਹਨਾਂ ਮਹੰਤਾ ਦੇ ਜੀਵਨ ਦੇ ਵਿੱਚ ਇੱਕ ਕਰਮ ਆ ਗਿਆ ਤੇ ਜਿਹੜੀ ਜਾਤ ਪਾਤ ਦੀ ਗੱਲ ਗੁਰੂ ਨਾਨਕ ਸਾਹਿਬ ਨੇ ਖਤਮ ਕੀਤੀ ਇਹਨਾਂ ਲੋਕਾਂ ਦੇ ਵਿੱਚ ਆ ਗਈ ਸ੍ਰੀ ਹਰਮੰਦਰ ਸਾਹਿਬ ਕੁਇਰ ਵਦਾਸੀ ਪਰਿਵਾਰ ਅੰਮ੍ਰਿਤਸਰ ਆ ਕੇ ਆਪਣੀ ਕੜਾ ਪ੍ਰਸ਼ਾਦੀ ਦੀ ਦੇਗ ਲੈ ਕੇ ਆਇਆ ਇਨ੍ਹਾਂ ਮਹੰਤ ਲੋਕਾਂ ਨੇ ਉਹਨਾਂ ਦੀ ਇਹ ਦੇਗ ਪ੍ਰਵਾਨ ਨਹੀਂ ਕੀਤੀ ਆਂਦੇ ਵੀ ਤੁਹਾਡੀ ਦੇਗ ਪ੍ਰਵਾਨ ਨਹੀਂ ਹੋਵੇਗੀ ਜਦੋਂ ਪੁੱਛਿਆ ਗਿਆ ਕਿਉਂ ਆਂਦੇ ਵੀ ਤੁਸੀਂ ਇੱਕ ਨੀਚ ਜਾਤ ਛੋਟੀ ਜਾਤ ਨਾਲ ਸੰਬੰਧ ਰੱਖਦੇ ਹੋ ਇਥੇ ਉਹਨਾਂ ਲੋਕਾਂ ਦੀ ਦੇਗ ਪ੍ਰਵਾਨ ਨਹੀਂ ਹੋਵੇਗੀ ਜਿਹੜੇ ਉੱਚੀ ਜਾਤ ਨਾਲ ਸੰਬੰਧ ਰੱਖਦੇ ਇੰਨੀ ਜ਼ਿਆਦਾ ਕਿਰਨਤਾ ਇਨ੍ਹਾਂ ਲੋਕਾਂ ਦੇ ਵਿੱਚ ਹੈ ਔਰ ਸਾਸ ਸੰਗਤ ਇਸੇ ਕਰਕੇ ਤਰਨ ਤਰਨ ਸਾਹਿਬ ਆਜ਼ਾਦ ਕਰਵਾਉਣਾ ਪਿਆ ਸ੍ਰੀ ਹਰਮੰਦਰ ਸਾਹਿਬ ਉਹ ਆਜ਼ਾਦ ਕਰਵਾਉਣਾ ਪਿਆ ਔਰ ਜਦੋਂ ਇਹ ਸਾਰੀਆਂ ਘਟਨਾਵਾਂ ਵਾਪਰੀਆਂ ਇਹ ਤੋਂ ਬਾਅਦ ਸਿੱਖਾਂ ਦੀ ਇੱਕ ਆਪਸ ਦੇ ਵਿੱਚ ਮੀਟਿੰਗ ਹੁੰਦੀ ਹੈ ਆਪਸ ਦੇ ਵਿੱਚ ਬੈਠ ਕੇ ਇਹਨਾਂ ਨੇ ਸਲਾਹ مشورہ ਕੀਤਾ ਕਿੰਦੇ ਹਣ ਦਰਬਾਰ ਸਾਹਿਬ ਤਰਨ ਤਰਨ ਸਾਹਿਬ ਦੀ ਆਜ਼ਾਦੀ ਤੇ ਮਿਲ ਗਈ ਪ੍ਰਬੰਧ ਮਿਲ ਗਿਆ ਪਰ ਅਜੇ ਤੱਕ ਨਨਕਾਣਾ ਸਾਹਿਬ ਜਿੱਥੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਆਗਮਨ ਹੋਇਆ ਜਨਮ ਭੂਮੀ ਐ ਉੱਥੋਂ ਦਾ ਜਿਹੜਾ ਮਹੰਤ ਹੈ ਉਹਦੀਆਂ ਬਹੁਤ ਅਸ਼ਲੀਲ ਘਟਨਾਵਾਂ ਸਾਡੇ ਕੋਲ ਪਹੁੰਚੀਆਂ ਹੋਈਆਂ ਸਤ ਸੰਤ ਇੱਕ ਦੋ ਘਟਨਾਵਾਂ ਆ ਸੰਗਤਾਂ ਦੇ ਨਾਲ ਮੈਂ ਸਾਂਝੀਆ ਕਰਾਂ ਨਨਕਾਣਾ ਸਾਹਿਬ ਦੀ ਉਹ ਪਾਵਨ ਧਰਤੀ ਜਿੱਥੋਂ ਦਾ ਸਤਕਾਰ ਸਿੱਖ ਸੰਗਤਾਂ ਦੇ ਮਨਾਂ ਦੇ ਵਿੱਚ ਬਹੁਤ ਹੈ ਇਤਿਹਾਸਕਾਰ ਕਹਿੰਦੇ ਇੱਕ ਹైదరాబాద్ ਦਾ ਸਿੰਧੀ ਜਾਗੀਰਟਾਇਰ ਉਹ ਆਉਂਦਾ ਆਪਣੇ ਪਰਿਵਾਰ ਦੇ ਸਮੇਤ ਦੇਖੋ ਕਿੰਨੀਆਂ ਘਟਨਾਵਾਂ ਦਿਲ ਨੂੰ ਖਿੱਚਣ ਵਾਲੀਆਂ ਤੇ ਬਾਕੀ ਲੋੜ ਸੀ ਉਦੋਂ ਗੁਰਦੁਆਮਾ ਨੂੰ ਆਜ਼ਾਦ ਕਰਵਾਉਣ ਵਾਸਤੇ ਸਿੰਧੀ ਰਿਟਾਇਰ ਜੱਜ ਆਉਂਦਾ ਹੈ ਆਪਣੇ ਪਰਿਵਾਰ ਦੇ ਸਮੇਤ ਔਰ ਉਹਦੀ ਛੋਟੀ ਜੀ ਬੱਚੀ ਹੈ ਇਤਿਹਾਸਕਾਰ ਕਹਿੰਦੇ 12-13 ਕੋ ਸਾਲ ਦੀ ਉਮਰ ਹੈ ਉਹਦੀ ਆਪਣੇ ਪਰਿਵਾਰ ਸਮੇਤ ਆਇਆ ਦਰਸ਼ਨ ਕੀਤੇ ਰਾਤ ਉਹਨੇ ਉੱਥੇ ਕਟਣੀ ਹੈ ਔਰ ਉਹ ਮਹੰਤਾਂ ਦੇ ਕੋਲੋਂ ਉਹਦੇ ਚੇਲਿਆਂ ਦੇ ਕੋਲੋਂ ਕਹਿੰਦਾ ਵੀ ਇੱਕ ਕਮਰਾ ਦੇ ਦਿਓ ਕਮਰਾ ਦੇ ਦਿੱਤਾ ਗਿਆ ਉੱਥੇ ਲਾਈਟ ਦਾ ਕੋਈ ਪ੍ਰਬੰਧ ਨਹੀਂ ਔਰ ਉਹਦੇ ਸਾਥੀਆਂ ਕੋਲੋਂ ਕਹਿੰਦਾ ਵੀ ਕੋਈ ਲਾਈਟ ਦਾ ਪ੍ਰਬੰਧ ਕਰ ਦਿਓ ਕੋਈ ਦੀਵੇ ਦਾ ਪ੍ਰਬੰਧ ਹੋ ਜਾਵੇ ਔਰ ਉਹਦੇ ਚੇਲੇ ਮਹੰਤ ਨਾਰਾਇਣ ਦਾਸ ਦੇ ਕਹਿੰਦੇ ਆਂਦੇ ਵੀ ਜੇ ਦੀਵਾ ਚਾਹੀਦਾ ਲੋਹ ਚਾਹੀਦੀ ਹੈ ਆਪਣੀ ਬੱਚੀ ਨੂੰ ਭੇਜ ਅਸੀਂ ਇਹਨੂੰ ਕੋਈ ਦੀਵਾ ਦੇ ਦਿੰਨੇ ਹੁਣ ਨਹੀਂ ਸੀ ਪਤਾ ਉਸ ਜੱਜ ਨੂੰ ਕਿ ਐਡਾ ਵੱਡਾ ਕੁਕਰਮ ਜਾਂ ਐਡਾ ਹਨੇਰ ਮੇਰੇ ਜੀਵਨ ਦੇ ਵਿੱਚ ਪੈ ਜਾਵੇਗਾ ਇਹ ਥੋੜਾ ਸੀ ਕਿ ਗੁਰਦੁਆਰੇ ਆਏ ਆ ਇੱਥੇ ਸਾਨੂੰ ਪੂਰਨ ਤੌਰ ਤੇ ਆਜ਼ਾਦੀ ਇਹ ਪਾਈ ਇੱਥੇ ਕਿਹੜਾ ਕੋ ਕਰਮ ਹੋਵੇਗਾ ਇੱਕ ਵਿਸ਼ਵਾਸ ਤੇ ਭਰੋਸਾ ਲੈ ਕੇ ਆਉਂਦੇ ਆ ਗੁਰੂ ਨਾਨਕ ਦੇ ਘਰ ਦੇ ਵਿੱਚ ਉਹਨੇ ਆਪਣੀ ਧੀ ਨੂੰ ਕਹ ਲ ਦਿੱਤਾ ਬੇਟਾ ਤੂੰ ਜਾ ਇਹਨਾਂ ਦੇ ਨਾਲ ਇਹਨਾਂ ਦੇ ਕੋਲੋਂ ਦੀਵਾ ਲੈ ਕੇ ਆ ਜਗਾਵਾਗੇ ਹਨੇਰਾ ਦੂਰ ਹੋਵੇਗਾ ਉਹ ਬੱਚੀ ਗਈ ਸਤਸੰਤ ਗੁਰੂ ਦੇ ਘਰ ਇਹ ਗੱਲ ਕਹਿਣ ਲੱਗਿਆ ਆਪਾਂ ਨੂੰ ਅੱਜ ਸ਼ਰਮ ਆਉਂਦੀ ਏ ਜੋ ਉਹਨਾਂ ਲੋਕਾਂ ਨੇ ਇੱਕ ਕਰਮ ਕੀਤਾ 12-13 ਸਾਲਾਂ ਦੀ ਉਸ ਜੱਜ ਦੀ ਧੀ ਜਿਹਦਾ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਵਿੱਚ ਸਤ ਪੰਗ ਕਰਕੇ ਰੱਖ ਦਿੱਤਾ ਸਤ ਪੰਗ ਕੀਤਾ ਗਿਆ ਬੇਪਤੀ ਹੋਈ ਉਹ ਛੋਟੀ ਜੀ ਬੱਚੀ ਰੋਂਦੀ ਕਰ ਲਾਉਂਦੀ ਜ ਆਪਣੇ ਪਿਤਾ ਦੇ ਕੋਲ ਪਹੁੰਚੀ ਹੈ ਪਿਤਾ ਜੀ ਆਹ ਗੱਲ ਹੋਈ ਪਿਤਾ ਵਿਚਾਰਾ ਦੁਹਾਥੜਾ ਮਾਰ ਕੇ ਰੋਂਦਾ ਮਾਂ ਰੋਂਦੀ ਹੈ ਪਰ ਨਰੈਣ ਦਾਸ ਉਹ ਨਰੈਣੂ ਮਹੰਤ ਆਪਣੇ ਗੁੰਡਿਆਂ ਦੇ ਸਮੇਤ ਇਹ ਗੱਲ ਉਹਨੂੰ ਕਹਿੰਦਾ ਆਹਦਾ ਜੇ ਇੱਥੇ ਰੌਲਾ ਪਾਇਆ ਤੇ ਤੁਹਾਡਾ ਤਿੰਨਾਂ ਦਾ ਕੋਈ ਪਤਾ ਨਹੀਂ ਲੱਗਾਗਾ ਵੀ ਤੁਸੀਂ ਆਏ ਕਿੱਥੋਂ ਹੋ ਤੇ ਗਏ ਕਿੱਥੇ ਤੁਹਾਡੀ ਭਲਾਈ ਏਸੀ ਗੱਲ ਦੇ ਵਿੱਚ ਹੈ ਤੁਸੀਂ ਦੋਵੇਂ ਜੀ ਉਸ ਰੇਲ ਗੱਡੀ ਦੇ ਵਿੱਚ ਜਾਓ ਜੇ ਤੇ ਤੁਸਾਂ ਨੇ ਵਾਪਸ ਜਾਣਾ ਤੁਹਾਡੀ ਧੀ ਨੂੰ ਤੁਹਾਡੇ ਉਸ ਰੇਲ ਗੱਡੀ ਪਹੁੰਚਣ ਦੇ ਸਮੇਂ ਤੁਹਾਡੇ ਕੋਲ ਪਹੁੰਚਾ ਦਿੱਤਾ ਜਾਵੇਗਾ ਕਿੱਡਾ ਜ਼ਿਆਦਾ ਕੋ ਕਰਮ ਹੋਇਆ ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿੱਚ ਜਿਹੜਾ ਘਰ ਗਰੀਬਾਂ ਦਾ ਰਾਖਾ ਰਿਹਾ ਧੀਆਂ ਦੀਆਂ ਇੱਜ਼ਤਾਂ ਬਚਾਉਂਦਾ ਰਿਹਾ ਅੱਜ ਉਸੇ ਘਰ ਦੇ ਵਿੱਚ ਇੱਕ ਕਰਮ ਸਿੱਖ ਕਿਵੇਂ ਬਰਦਾਸ਼ਤ ਕਰ ਸਕਦੇ ਸਨ ਦੂਸਰੀ ਘਟਨਾ ਵਾਪਰੀ ਜੜਾ ਪਿੰਡ ਤੋਂ ਪੰਜ ਸੱਤ ਬੀਬੀਆਂ ਪੂਰਨ ਮਾਛੀ ਦਾ ਇਤਿਹਾਸ ਕਰ ਕਹਿੰਦੇ ਦਿਨ ਸੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਘਰ ਦੇ ਅੰਦਰ ਆਉਂਦੀ ਹੈ ਦਰਸ਼ਨ ਕਰਨ ਦੀਦਾਰ ਕਰਨ ਵਾਸਤੇ ਹਾਜ਼ਰੀ ਪਰਮ ਦੇ ਲਈ ਪੰਜ ਸੱਤ ਬੀਬੀਆਂ ਭਰੋਸੇ ਦੇ ਨਾਲ ਸੇਵਾ ਕਰਨ ਵਾਸਤੇ ਆਈਆਂ ਉਹ ਵੀ ਰਾਤ ਰਹਿੰਦੀਆਂ ਉਹਨਾਂ ਬੀਬੀਆਂ ਦਾ ਸੱਤ ਵੀ ਇਹਨਾਂ ਦੇ ਗੁੰਡਿਆਂ ਦੇ ਵੱਲੋਂ ਭੰਗ ਕੀਤਾ ਜਾਂਦਾ ਹੈ ਬੇਪਤੀ ਹੋਈ ਦੂਜੀ ਘਟਨਾ ਵਾਪਰੀ ਤੀਸਰੀ ਘਟਨਾ ਸਰਦਾਰ ਬੂਟਾ ਸਿੰਘ ਹੋਣਾ ਨੇ ਆਖੀ ਹੈ ਆਂਦੇ ਵੀ ਮੈਂ ਖੁਦ ਉਸ ਦਰਬਾਰ ਦੇ ਵਿੱਚ ਦਰਸ਼ਨ ਕਰਨ ਦੇ ਲਈ ਪਹੁੰਚਦਾ ਹਾਂ ਔਰ ਜਦੋਂ ਪਹੁੰਚਿਆ ਰਾਤ ਉੱਥੇ ਰਹਿਣਾ ਕਮਰਾ ਲਿਆ ਔਰ ਕਮਰਾ ਲੈ ਕੇ ਰਾਤ ਉੱਥੇ ਕੱਟੀ ਅਗਲਾ ਦਿਨ ਚੜਿਆ ਅਮਰਤ ਵੇਲੇ ਪਾਵਨ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਇਸ਼ਨਾਨ ਕਰਨ ਤੋਂ ਬਾਅਦ ਮੈਂ ਜਾਣਾ ਦਰਬਾਰ ਦੇ ਵਿੱਚ ਨਮਸਕਾਰ ਕਰਨ ਦੇ ਲਈ ਜਦੋਂ ਨਮਸਕਾਰ ਕਰਨ ਵਾਸਤੇ ਤੁਰਿਆ ਰਸਤੇ ਦੇ ਵਿੱਚ ਮਹੰਤ ਦੇ ਦੋ ਗੁੰਡਿਆਂ ਨੇ ਮੈਨੂੰ ਬਾਹਾਂ ਤੋਂ ਪਕੜ ਲਿਆ ਇਹ ਸਤਸੰਤ ਉਹਨੇ ਆਪਣੇ ਨਾਲ ਹੱਡ ਬੀਤੀ ਇਹ ਘਟਨਾ ਸੁਣਾਈ ਆਂਦਾ ਵੀ ਦੋਵਾਂ ਨੇ ਮੈਨੂੰ ਬਾਹਾਂ ਤੋਂ ਪਕੜ ਲਿਆ ਔਰ ਮੇਰੀ ਚੰਗੀ ਤਰਾ ਤਲਾਸ਼ੀ ਲਈ ਗਈ ਜੋ ਕੁਝ ਵੀ ਮੇਰੇ ਕੋਲ ਹੈ ਪੈਸਾ ਟੱਕਾ ਸਾਰਾ ਉਹਨਾਂ ਕੱਢ ਲਿਆ ਇਥੋਂ ਤੱਕ ਕਹਿੰਦਾ ਮੈਂ ਅਮਰ ਧਾਰੀਆਂ ਮੇਰੀ ਇਹਨਾਂ ਨੇ ਗਾਤਰੇ ਦੇ ਵਿੱਚ ਜਿਹੜੀ ਕਿਰਪਾਨ ਹੈ ਉਹ ਵੀ ਲਾ ਲਈ ਹੈ ਇੰਨਾ ਜ਼ਿਆਦਾ ਕੋ ਕਰਮ ਇਹਦੇ ਗੁੰਡਿਆਂ ਦੇ ਵੱਲੋਂ ਕੀਤਾ ਜਾਂਦਾ ਹੈ ਇਹਦਾ ਮਤਲਬ ਸਿੱਧਾ ਸਿੱਧਾ ਇਹ ਕਿ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਆਸ਼ੇ ਦੇ ਉਲਟ ਹੋ ਗਏ ਇੱਕ ਗੁਰੂ ਸਾਡਾ ਕਹਿੰਦਾ ਕਿ ਤੂੰ ਪੰਜ ਕਕਾਰਾਂ ਦਾ ਧਾਰ ਨਹੀਂ ਹੋਣਾ ਪਰ ਉਹਦੇ ਦਰਬਾਰ ਦੇ ਵਿੱਚ ਬੈਠ ਕੇ ਉਹਦੇ ਹੀ ਗੁੰਡਿਆਂ ਦੇ ਵੱਲੋਂ ਨਰੈਣ ਦਾਸ ਦੇ ਗੁੰਡਿਆਂ ਵੱਲੋਂ ਇੱਥੇ ਪੰਜਾਂ ਕਕਾਰਾਂ ਦੀ ਕੋਈ ਐਮਿਤ ਨਹੀਂ ਮੰਨੀ ਜਾਂਦੀ ਸ੍ਰੀ ਸਭ ਲਾ ਦਿੱਤੀ ਜਾਂਦੀ ਹੈ ਤੇ ਅੰਮ੍ਰਿਤ ਭੰਗ ਕਰ ਦਿੱਤਾ ਜਾਂਦਾ ਹੈ ਇਹ ਕਿੱਧਰ ਦੀ ਵਿਚਾਰਤਾਰ ਹੈ ਤਿੰਨ ਐਮ ਘਟਨਾਵਾਂ ਉਸ ਵੇਲੇ ਇਹ ਵਾਪਰਦੀਆਂ ਸਤ ਸੰਗਤ ਇਤਿਹਾਸਕਾਰ ਕਹਿੰਦੇ ਨੇ ਪਾਕਿਸਤਾਨ ਲਾਹੌਰ ਦੇ ਵਿੱਚ ਸਿੱਖਾਂ ਦੀ ਇੱਕ ਐਮ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਇਹ ਸਾਰਾ مشورہ ਪਾਸ ਹੁੰਦਾ ਹੈ ਸਰਦਾਰ ਕਰਤਾਰ ਸਿੰਘ ਛੱਬਰ ਸਰਦਾਰ ਅਸ਼ਮਰ ਸਿੰਘ ਧਾਰੂ ਵਾਲੀ ਸਰਦਾਰ ਤੇਜਾ ਸਿੰਘ ਸੁੰਦਰ ਸਿੰਘ ਲਾਇਲਪੁਰੀ ਬੂਟਾ ਸਿੰਘ ਅਨੇਕਾਂ ਹੋਰ ਸਿੱਖਾਂ ਦੇ ਨਾਮ ਜਿਹੜੇ ਆਗੂ ਹੈ ਇਹ ਸਾਰੇ ਉੱਥੇ ਬੈਠੇ ਉਹਦੀਆਂ ਗੱਲਾਂ ਸਾਰੀਆਂ ਇਹਨਾਂ ਦੇ ਕੋਲ ਪਹੁੰਚ ਗਈਆਂ ਤੇ ਆਪਸ ਦੇ ਵਿੱਚ ਵਿਚਾਰਾ ਕਰਦੀ ਹੈ ਇੱਥੇ ਖੜਿਆ ਹੋ ਕੇ ਨਾ ਸੰਗਤ ਦੇ ਸਾਹਮਣੇ ਸਰਦਾਰ ਕਰਤਾਰ ਸਿੰਘ ਚੱਬਰਾ ਹੱਥ ਜੋੜ ਕੇ ਖਲੋਂਦਾ ਆਂਦਾ ਅੱਜ ਪੰਥ ਸਾਰਾ ਇਕੱਠਾ ਹੋਇਆ ਪਿਆ ਪੰਥ ਦੇ ਆਗੂ ਵੀ ਇੱਥੇ ਮੌਜੂਦ ਹੈ ਔਰ ਇੱਕ ਪੰਥ ਦੇ ਆਗੂਆਂ ਨੂੰ ਸੰਗਤ ਦੇ ਵਿੱਚ ਇੱਕ ਬੇਨਤੀ ਕਰਨੀ ਚਾਹੁੰਦਾ ਆਂਦੀ ਵੀ ਦੱਸੋ ਕੀ ਕਹਿਣਾ ਚਾਹੁੰਦੇ ਇਹ ਸਰਦਾਰ ਕਰਤਾਰ ਸਿੰਘ ਝੱਬਰ ਦੀ ਗੱਲ ਹੈ ਉਹਦੇ ਹਿਰਦੇ ਦੀ ਬੇਬਦਨਾ ਆਂਦਾ ਜੇ ਪੰਥਮੀ ਨੂੰ ਆਗਿਆ ਦੇ ਦੇਵੇ ਆਪਾਂ ਪਹਿਲਾਂ ਦਰਬਾਰ ਸਾਹਿਬ ਦਾ ਕਬਜ਼ਾ ਲਿਆ ਤਰਨ ਤਰਨ ਸਾਹਿਬ ਦਾ ਕਬਜ਼ਾ ਲਿਆ ਅੱਜ ਇੱਕ ਇੱਕ ਖਬਰ ਇੱਕ ਇੱਕ ਘਟਨਾ ਇੱਕ ਇੱਕ ਕਰਤੂਤ ਨਰੈਣੂ ਮੰਤ ਦੀ ਸਾਡੇ ਕੋਲ ਪਹੁੰਚੀ ਹੈ ਔਰ ਜੇ ਮੈਨੂੰ ਅੱਜ ਪੰਥ ਆਗਿਆ ਦੇ ਦੇਵੇ ਪੰਥ ਦੇ ਕੋਲੋਂ ਕੋਈ ਆਦਮੀ ਨਹੀਂ ਮੰਗਦਾ ਪੰਥ ਦੇ ਕੋਲੋਂ ਕੋਈ ਧਨ ਦੌਲਤ ਕੁਝ ਨਹੀਂ ਮੰਗਦਾ ਕੁਝ ਨਾ ਮੈਨੂੰ ਦਿਓ ਮੈਂ ਤੁਹਾਡੇ ਕੋਲੋਂ ਇੱਕੋ ਇੱਕ ਬੇਨਤੀ ਕਰਕੇ ਮੰਗ ਮੰਗਦਾ ਹਾਂ ਕਿ ਮੈਨੂੰ ਆਗਿਆ ਦੇ ਦਿਓ ਮੈਂ ਤਨਨਕਾਣਾ ਸਾਹਿਬ ਦੀ ਪਾਵਨ ਧਰਤੀ ਨੂੰ ਆਜ਼ਾਦ ਕਰਵਾ ਸਕਾਂ ਆਹੀ ਇੱਕ ਬੇਨਤੀ ਕੀਤੀ ਕਰਤਾਰ ਸਿੰਘ ਚੱਬਰ ਨੇ ਔਰ ਕਹਿੰਦਾ ਵੀ ਇਹ ਵੀ ਮੈਨੂੰ ਇਹ ਵੀ ਗੱਲ ਪਤਾ ਹੈ ਕਿ ਕੋਈ ਵੀ ਐਡਾ ਵੱਡਾ ਕੰਮ ਪੰਥ ਦੀ ਆਗਿਆ ਤੋਂ ਬਿਨਾ ਨਹੀਂ ਹੋ ਸਕਦਾ ਕਰਤਾਰ ਸਿੰਘ ਚੱਬਰ ਸਾਧ ਸੰਗਤ ਸਾਰੇ ਉੱਥੇ ਬੈਠੇ ਸਿੱਖਾਂ ਨੇ ਆਪਸ ਵਿੱਚ ਸਲਾਹ ਕੀਤੀ ਔਰ 24 ਜਨਵਰੀ ਦੀ ਇੱਕ ਮੀਟਿੰਗ ਰੱਖੀ ਇਹਨਾਂ ਨੇ 24 ਜਨਵਰੀ ਜਿਹੜੀ ਅੰਮ੍ਰਿਤਸਰ ਸਾਹਿਬ ਦੀ ਪਾਵਨ ਧਰਤੀ ਤੇ ਹੋਵੇਗੀ ਜਿਹੜਾ ਮੁਕਰਰ ਕੀਤਾ ਦੇਣਾ ਉਹ ਆ ਜਾਂਦਾ ਹੈ ਇਧਰ ਸਾਧ ਸੰਗਤ ਜਿਹੜਾ ਦਿਨ ਇਹਨਾਂ ਮੁਕਰਰ ਕੀਤਾ ਹੈ ਨਾ 24 ਜਨਵਰੀ 1921 ਇਹਦੀ ਖਬਰ ਉਹ ਸਿੰਧੀ ਰਿਟਾਇਰ ਜੱਜ ਨੂੰ ਪਤਾ ਲੱਗ ਜਾਂਦਾ ਜਿਹਦੇ ਅੰਦਰ ਐਡਾ ਵੱਡਾ ਦੁੱਖ ਹੋਵੇ ਨਾ ਉਹ ਦੁੱਖ ਉਹ ਖਾਲਸੇ ਦੇ ਸਾਹਮਣੇ ਆ ਕੇ ਰੋਵੇਗਾ ਨਾ ਜਿਹਨੂੰ ਪਤਾ ਜਿੱਥੇ ਆ ਕੇ ਬੋੜੀ ਹੋਵੇਗੀ ਜਦੋਂ ਸਾਰਾ ਪੰਥ ਇਕੱਠਾ ਹੋ ਗਿਆ ਪੰਥ ਦੇ ਆਗੂ ਇਕੱਠੇ ਹੋ ਗਏ ਇਹਨਾਂ ਨੇ ਆਪਸ ਦੇ ਵਿੱਚ ਗੱਲਾਂ ਸ਼ੁਰੂ ਕੀਤੀਆਂ ਇੱਥੇ ਜਿਹੜਾ ਸਿੰਧੀ ਉਹ ਰਿਟਾਇਰ ਜੱਜ ਹੈ ਜਿਹਦੀ ਧੀ ਦੇ ਨਾਲ ਐਡਾ ਵੱਡਾ ਕੋ ਕਰਮ ਹੋਇਆ ਸਾਦ ਸੰਗਤ ਉੱਠ ਕੇ ਦੋ ਹਥੜਾ ਮਾਰ ਕੇ ਰੋਂਦਾ ਜਿਹੜੀ ਉਹਨੇ ਗੱਲ ਆਖੀ ਅੱਜ ਵੀ ਇਤਿਹਾਸ ਦੇ ਸਫਿਆਂ ਤੇ ਲਿਖੀ ਹੋਈ ਹੈ ਜਿਹੜੀ ਉਹਨੇ ਗੱਲ ਆਖੀ ਆਂਦਾ ਸਾਦ ਸੰਗਤ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹੁੰਨਾ ਜਿਨੂੰ ਸੁਣ ਕੇ ਸਾਰੀ ਸੰਗਤ ਦੇ ਰੋਂ ਕੰਡੇ ਖੜੇ ਹੋ ਗਏ ਸੀ ਉਹ ਦਾਪ ਵਿਚਾਰਾ ਉੱਠ ਕੇ ਇਹ ਗੱਲ ਕਹਿੰਦਾ ਆਂਦਾ ਸਾਦ ਸੰਗਤ ਮੈਨੂੰ ਇੱਕ ਗੱਲ ਦਾ ਜਵਾਬ ਦਿੱਤਾ ਜਾਵੇ ਅੱਜ ਸਿੱਖ ਹੈਣ ਕੇ ਮਰਗ ਜੇ ਕੋ ਕਿੱਡੀ ਵੱਡੀ ਗੱਲ ਹੈ ਆਂਦਾ ਅੱਜ ਮੈਨੂੰ ਦੱਸਿਆ ਜਾਵੇ ਸਿੱਖ ਹੈਣ ਕਿ ਮਰਗਾ ਜਦੋਂ ਇੰਨੀ ਗੱਲ ਆਖੀ ਇੱਥੇ ਸਿੱਖਾਂ ਦੇ ਵਿੱਚੋਂ ਉਹੀ ਕਰਤਾਰ ਸਿੰਘ ਛੱਬਰ ਉੱਠ ਕੇ ਆਖਦੇ ਭਾਈ ਗੱਲ ਕੀ ਹੋਈ ਹੈ ਦੱਸ ਤਾਂ ਸਹੀ ਤੇਰੇ ਨਾਂ ਵਾਪਰਿਆ ਕੀ ਹੈ ਉਹਨੇ ਸਾਰੀ ਗੱਲ ਆਖੀ ਆਂਦਾ ਇਸ ਤਰ੍ਹਾਂ ਨਨਕਾਣਾ ਸਦੀ ਪਾਵਨ ਧਰਤੀ ਤੇ ਗਿਆ ਸਾਂ ਜਿੱਥੇ ਉਹਦੇ ਮਹੰਤ ਦੇ ਗੁੰਡਿਆਂ ਵੱਲੋਂ ਮੇਰੀ ਛੋਟੀ ਜੀ ਧੀ ਬੱਚੀ ਹੈ 12 13 ਸਾਲਾਂ ਦੀ ਉਦੀ ਬੇਪਤੀ ਕੀਤੀ ਗਈ ਉਹਦਾ ਸੱਤ ਭੰਗ ਕਰ ਦਿੱਤਾ ਗਿਆ ਦੱਸੋ ਮੈਂ ਕਿਹੜੇ ਖੂ ਖਾਤੇ ਦੇ ਵਿੱਚ ਜਾ ਕੇ ਪਵਾ ਇਹ ਅੱਜ ਵੀ ਇਤਿਹਾਸ ਦੇ ਪੱਤਰਿਆਂ ਦੇ ਉੱਪਰ ਗੱਲਾਂ ਲਿਖੀਆਂ ਤੇ ਬੇਨਤੀ ਕਰਾਂ ਸਤਸੰਗ ਜਿੱਡਾ ਵੱਡਾ ਉਥੇ ਕਹਿਰ ਵਾਪਰਿਆ ਕੋਈ ਬਹੁਤਾ ਸਮਾਂ ਨਹੀਂ ਹੋਇਆ ਕੇਵਲ 100 ਸਾਲ ਹੋਏ ਆ ਔਰ ਅੱਜ ਸਾਡੇ ਬੱਚਿਆਂ ਨੂੰ ਉਸ ਇਤਿਹਾਸ ਬਾਰੇ ਕੋਈ ਨੌਲੇਜ ਨਹੀਂ ਹੈ ਕੋਈ ਨਹੀਂ ਜੀ ਪਤਾ ਅੱਜ ਦੀ ਘਟਨਾ ਕਿਸੇ ਜਗ੍ਹਾ ਤੇ ਬੈਠਾ ਸੀ ਉਥੇ ਨੌਜਵਾਨ ਔਰ ਨੌਜਵਾਨਾਂ ਨੂੰ ਆਖਿਆ ਭਾਈ ਅੱਜ ਤੁਹਾਨੂੰ ਪਤਾ ਕਿੱਡਾ ਮਹਾਨ ਦੇਣਾ ਆਂਦੇ ਨਹੀਂ ਸਾਨੂੰ ਕੁਝ ਨਹੀਂ ਪਤਾ ਮੈਂ ਉਹਨਾਂ ਨੂੰ ਦੱਸਿਆ ਮੈਂ ਕਿ ਅੱਜ ਦੇ ਦਿਨ ਸਾਕਾ ਨਨਕਾਣਾ ਸਾਹਿਬ ਉਹ ਘਟਨਾ ਵਾਪਰੀ ਜਦੋਂ ਸਿੰਘ ਸ਼ਹੀਦ ਹੁੰਦਿਆਂ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਇਆ ਗਿਆ ਨਰੈਣ ਹਮੰਤ ਤੋਂ ਆਂਦੇ ਗਿਆਨੀ ਜੀ ਤੁਹਾਡੇ ਕੋਲੋਂ ਪਤਾ ਲੱਗਾ ਸਾਨੂੰ ਨਹੀਂ ਜੇ ਪਤਾ ਇਤੋਂ ਤੱਕ ਜਾਨੀ ਕਿ ਸਾਡੀ ਨੌਜਵਾਨ ਪਨੀਰੀ ਨੂੰ ਨਹੀਂ ਪਤਾ ਅਗਾਹ ਜਿਹੜੇ ਸਾਡੇ ਬੱਚੇ ਉਹਨਾਂ ਨੂੰ ਕੀ ਪਤਾ ਹੋਵੇਗਾ ਸਾਡੇ ਬਜ਼ੁਰਗਾਂ ਨੇ ਕਿਹੜੇ ਕਾਰਨਾਮੇ ਔਰ ਕੀ ਕੀਤਾ ਸਾਡਾ ਇਤਿਹਾਸ ਕਿੱਡਾ ਮਹਾਨ ਹੈ ਨਹੀਂ ਜੇ ਸਾਡੇ ਉਹਨਾਂ ਨੌਜਵਾਨਾਂ ਤੇ ਸਾਡੀ ਪਨੀਰੀ ਨੂੰ ਪਤਾ ਕੀ ਆਸ ਰੱਖਾਂਗੇ ਅੱਗੇ ਸੁਖੈਰ ਔਰ ਸਾ ਸੰਗਤ ਜਦੋਂ ਉਹ ਸਿੰਧੀ ਰਿਟਾਇਰ ਜੱਜ ਨੇ ਇਹ ਗੱਲ ਸਾਰੀ ਵਾਪਰ ਵਾਪਰੀ ਜਿਹੜੀ ਘਟਨਾ ਦੱਸੀ ਹੈ ਉੱਥੇ ਫਿਰ ਪੰਥ ਨੇ 3 ਦਿਨ ਲਏ 3 ਦਿਨ ਚੁਣੇ ਉਹ 3 ਦਿਨ ਸੀ 4 5 ਤੇ 6 ਮਾਰਚ 1921 ਦਾ ਦੇ 4 5 6 ਮਾਰਚ 1921 ਨੂੰ ਸਾਰਾ ਖਾਲਸਾ ਪੰਥ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਜਾਵੇਗਾ ਔਰ ਉਸ ਮਹੰਤ ਨਰੈਣ ਦਾਸ ਦੇ ਨਾਲ ਗੱਲ ਕੀਤੀ ਜਾਵੇਗੀ ਔਰ ਉਹਨੂੰ ਆਖਿਆ ਜਾਵੇਗਾ ਵੀ ਜੇ ਤੈ ਇਥੋਂ ਦੀ ਸੇਵਾ ਸੰਭਾਲਣੀ ਹੈ ਆਪਣੇ ਜੀਵਨ ਨੂੰ ਸਾਫ਼ ਕਰ ਜੇ ਤੂੰ ਆਪਣਾ ਜੀਵਨ ਨਹੀਂ ਸਾਫ਼ ਕਰ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਥ ਇਥੋਂ ਦਾ ਪ੍ਰਬੰਧ ਸੰਭਾਲ ਲਵੇਗਾ ਆਪਸ ਦੇ ਵਿੱਚ ਇਹਨਾਂ ਸਿੱਖਾਂ ਨੇ ਮਤਾ ਪਾਸ ਕੀਤਾ 4 5 ਤੇ 6 ਮਾਰਚ 1921 ਨੂੰ ਸਾਧ ਸੰਗਤ ਇੱਕ ਬੇਨਤੀ ਇੱਥੇ ਹੋਰ ਕਰ ਦੇਵਾਂ ਜਦੋਂ ਨਾਰਾਇਣ ਮਹੰਤ ਇਸ ਪਾਵਨ ਅਸਥਾਨ ਦਾ ਪ੍ਰਬੰਧ ਸੰਭਾਲਦਾ ਇਹਨਾ ਇਹਦੋਂ ਪਹਿਲੇ ਜਿਹੜੇ ਮਹੰਤ ਹੈ ਉਹਨਾਂ ਦਾ ਜੀਵਨ ਵੀ ਬੜਾ ਵੱਡਾ ਕੋ ਕਰਮੀ ਹੈ ਬੜਾ ਵੱਡਾ ਕੋ ਕਰਮੀ ਸ਼ਰਾਬ ਪੀਣੀ ਮਾਸ ਖਾਣਾ ਔਰ ਜਿਨ੍ਹਾਂ ਦੇ ਨਾਲ ਕੋਈ ਵਿਆਹ ਨਹੀਂ ਕੀਤਾ ਕੋਈ ਸੰਬੰਧ ਨਹੀਂ ਉਹਨਾਂ ਇਸਤਰੀਆਂ ਦੇ ਨਾਲ ਸਬੰਧ ਬਣਾਉਣੇ ਇੰਨਾ ਮਹੰਤਾ ਦਾ ਜੀਵਨ ਬਣ ਚੁੱਕਾ ਹੈ। ਔਰ ਉਹ ਪਹਿਲੇ ਮਹੰਤ ਵੀ ਇਸੇ ਤਰ੍ਹਾਂ ਬਾਦ ਚੱਲਣ ਜੀਵਣ ਵਾਲੀ ਹੈ। ਜਦੋਂ ਮਹੰਤ ਨਰੈਣ ਦਾਸ ਇੱਥੋਂ ਦਾ ਪ੍ਰਬੰਧਕ ਬਣਦਾ ਇਹਨੇ ਲਿਖਤੀ ਤੌਰ ਤੇ ਪੰਥ ਦੇ ਨਾਲ ਇਹ ਇਕਰਾਰ ਕੀਤਾ ਸੀ। ਲਿਖਤੀ ਤੌਰ ਤੇ ਆਂਦਾ ਵੀ ਮੈਂ ਤੁਹਾਨੂੰ ਲਿਖਤੀ ਤੌਰ ਤੇ ਤੁਹਾਡਾ ਨਾਮ ਇਕਰਾਰ ਕਰਦਾ ਵਾਅਦਾ ਕਰਦਾ ਕਿ ਜੋ ਕੁਝ ਪਹਿਲੇ ਮਹੰਤਾ ਨੇ ਕਰ ਦਿੱਤਾ ਇਹਨਾ ਉਹ ਜੋ ਕੀਤਾ ਉਹਨਾਂ ਨੂੰ ਮੁਬਾਰਕ ਜੋ ਉਹਨਾਂ ਨੇ ਕੀਤਾ ਪਰ ਮੈਂ ਤੁਹਾਡੇ ਸਾਹਮਣੇ ਹੱਥ ਜੋੜ ਕੇ ਆਖਦਾ ਕਿ ਮੇਰਾ ਜੀਵਨ ਚੰਗਾ ਰਹੇਗਾ ਗੁਰਮਤਿ ਦਾ ਧਾਰਨੀ ਰਾਵਾਂਗਾ ਗੁਰਮਤਿ ਦਾ ਪ੍ਰਬੰਧ ਗੁਰੂ ਘਰ ਦੇ ਵਿੱਚ ਹੋਵੇਗਾ ਇਹ ਲਿਖਤੀ ਇਕਰਾਰ ਹੋਇਆ ਨਰੈਣੂ ਹਮੰਤ ਦੇ ਨਾਲ ਪਰ ਜਿਉਂ-ਜਿਉਂ ਸਾਧ ਸੰਤ ਉਹ ਪ੍ਰਬੰਧਕ ਵੱਡਾ ਹੁੰਦਾ ਗਿਆ ਅੰਗਰੇਜ਼ਾਂ ਦਾ ਥਾਪੜਾ ਮਿਲਦਾ ਗਿਆ ਸਰਕਾਰ ਦੀ ਸ਼ਹਿ ਮਿਲਦੀ ਗਈ ਤਿਉਹ ਤਿਉਹ ਜੀਵਨ ਦੇ ਵਿੱਚ ਉਸੇ ਤਰ੍ਹਾਂ ਘਟਨਾਵਾਂ ਵਾਪਰਦੀਆਂ ਗਈਆਂ ਘਟਨਾ ਵਾਪਰੀ ਇਤਿਹਾਸ ਕਰ ਕਹਿੰਦੇ ਆ ਸਾਸ ਸੰਗਤ ਗੱਲਾਂ ਕਰਨ ਜੀ ਨਹੀਂ ਕਰਦਾ ਪਰ ਇਤਿਹਾਸ ਕਹਿੰਦਾ ਜਦੋਂ ਇਹਨਾਂ ਸ਼ਰਾਬ ਪੀਣੀ ਹੁੰਦੀ ਹੈ ਨਾ ਸਰੋਵਰ ਦੇ ਠੰਡੇ ਪਾਣੀ ਦੇ ਵਿੱਚ ਗਰਮ ਸ਼ਰਾਬ ਨੂੰ ਠੰਡਿਆ ਕਰਦੀ ਸੀ ਐਡੇ ਵੱਡੇ ਕੁਕਰਮ ਇਹਨਾਂ ਲੋਕਾਂ ਨੇ ਕੀਤੇ ਔਰ ਸਾਸ ਸੰਗਤ ਲਾਹੌਰ ਦੇ ਵਿੱਚ ਇੱਕ ਤੇ ਗੁਰੂ ਘਰ ਦੇ ਵਿੱਚ ਰਹਿ ਕੇ ਪ੍ਰਬੰਧ ਸੰਭਾਲਦਾ ਦੂਸਰਾ ਇਹਨੇ ਇੱਕ ਮਰਾਸਣ ਹੈ ਜਿਹਦੇ ਨਾਲ ਵਿਆਹ ਨਹੀਂ ਕੀਤਾ ਉਦਾਂ ਹੀ ਇਹਨੇ ਸਬੰਧ ਬਣਾਏ ਆ ਜਿਹਦੇ ਤੋਂ ਦੋ ਧੀਆਂ ਤੇ ਦੋ ਪੁੱਤ ਇਹਦੇ ਪੈਦਾ ਹੁੰਦੇ ਆ। ਇਹਨੇ ਗੁਰੂ ਘਰ ਦੇ ਵਿੱਚ ਨਹੀਂ ਲਾਹੌਰ ਦੇ ਬਾਜ਼ਾਰਾਂ ਦੇ ਵਿੱਚ ਇੱਕ ਇੱਕ ਜਗ੍ਹਾ ਲਈ ਐ ਜਿੱਥੇ ਘਰ ਪਾ ਕੇ ਤੇ ਉਹਨੂੰ ਰਹਿਣ ਵਾਸਤੇ ਜਗ੍ਹਾ ਦੇ ਦਿੱਤੀ ਹੈ। ਐਡਾ ਬਦਚलन ਜੀਵਨ ਬਣ ਗਿਆ। ਇੱਥੋਂ ਤੱਕ ਇਤਿਹਾਸ ਦੇ ਵਿੱਚ ਆਉਂਦਾ ਹੈ ਨਰੈਣੂ ਮਹੰਤ। ਇਹਨੇ ਆਪਣੇ ਭਤੀਜੇ ਦਾ ਵਿਆਹ ਕਰਨਾ ਹੈ। ਔਰ ਭਤੀਜੇ ਦੇ ਵਿਆਹ ਕਰਨ ਵਾਸਤੇ ਲਾਹੌਰ ਦੇ ਵਿੱਚ ਮਾਫ ਕਰੇ ਲਾਹੌਰ ਦੇ ਵਿੱਚੋਂ ਇੱਕ ਕੰਜਰੀਆਂ ਸਦੀਆਂ ਗੀਆਂ ਨਚਾਉਣ ਵਾਸਤੇ ਔਰ ਬਹੁਤ ਜ਼ਿਆਦਾ ਗੰਦੇ ਸ਼ਬਦ ਜਿਹੜੇ ਆ ਗੀਤ ਦੇ ਰੂਪ ਦੇ ਵਿੱਚ ਦੁਨੀਆ ਦੇ ਸਾਹਮਣੇ ਵਜਾਏ ਜਾਂਦੀ ਹੈ। ਇਹੋ ਜਿਹਾ ਘਟੀਆ ਕਰਮ ਨਰੈਣੂ ਮੰਦ ਉੱਥੇ ਬੈਠਾ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਕਰਦਾ ਹੈ। ਤੇ ਸਾਧ ਸੰਗ ਜਿਹੜਾ ਵਾਕਏ ਸਿੱਖ ਹੈ ਨਾ ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਦਾ ਉਹ ਨਹੀਂ ਸੀ ਇਹ ਗੱਲਾਂ ਸਹਾਰ ਸਕਦਾ ਕਦੇ ਵੀ। ਐਡੇ ਵੱਡੇ ਕੁਕਰਮ ਹੁੰਦੇ ਹੋਣਾ ਤੇ ਸਾਧ ਸੰਤ ਇਧਰੋਂ ਸਿੱਖਾਂ ਨੇ ਫੈਸਲਾ ਕਰ ਲਿਆ 4 5 ਤੇ 6 ਮਾਰਚ ਨੂੰ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਖਾਲਸਾ ਪੰਥ ਇਕੱਠਾ ਹੋਵੇਗਾ ਆਂਦੇ ਵੀ ਇਸ ਤਰ੍ਹਾਂ ਨਹੀਂ ਜਾਣਾ ਇਹਨਾਂ ਨੇ ਵਿਚਾਰ ਕੀਤੀ ਆਂਦੇ ਆਪਾਂ ਨਰੈਣੂ ਮਹੰਤ ਨੂੰ ਦੱਸ ਕੇ ਜਾਵਾਂਗੇ ਇਹ ਨਾ ਹੋਵੇ ਵੀ ਉੱਥੇ ਸਾਨੂੰ ਟੱਕਰੇ ਨਾ ਇਹ ਨਾ ਹੋਵੇ ਬਾਅਦ ਚ ਕਹੇ ਵੀ ਮੈਨੂੰ ਸਮਾਂ ਕੋਈ ਨਹੀਂ ਦਿੰਦਾ ਇਹਨਾਂ ਨੇ ਲਿਖਤੀ ਪੱਤਰ ਲਿਖਿਆ ਉਸ ਮੀਟਿੰਗ ਦੇ ਵਿੱਚ ਔਰ ਜਿੰਨੇ ਵੀ ਪੰਥਕ ਆਗੂ ਉਹਨਾਂ ਸਾਰਿਆਂ ਦੇ ਸਹਿਨ ਕੀਤੇ ਜਾਂਦੇ ਔਰ ਨਰੈਣੂ ਮਹੰਤ ਦੇ ਕੋਲ ਉਹ ਚਿੱਠੀ ਪਹੁੰਚ ਗਈ ਨਰੈਣੂ ਮਹੰਤ ਪੜ੍ਹਦਾ ਹੈ ਉਹ ਚਿੱਠੀ ਦੇ ਵਿੱਚ ਜੋ ਕੁਝ ਲਿਖਿਆ ਹੋਇਆ ਹੈ ਕਿ ਕਰਤਾਰ ਸਿੰਘ ਚੱਬਰ ਉਹਨੇ ਤਕਰੀਰ ਕੀਤੀ ਹੈ ਉਹ ਸਿੰਧੀ ਜੱਜ ਰ ਡੈਰ ਸਾਰਾ ਕੁਝ ਇਹਨੂੰ ਪਤਾ ਲੱਗ ਜਾਂਦਾ ਹੈ ਇਹਨੇ ਸਾਧ ਸੰਗਤ ਬੈਠ ਕੇ ਆਪਣੇ ਗੁੰਡਿਆਂ ਦੇ ਨਾਲ ਆਪਣੇ ਮੰਤਾਂ ਚੇਲਿਆਂ ਦੇ ਨਾਲ ਸਲਾਹ ਕੀਤੀ ਕੀ ਕੀਤਾ ਜਾਵੇ ਉਹਨਾਂ ਨੇ ਆਖਿਆ ਵੀ ਆਪਣੇ ਦੋ ਆਦਮੀ ਸਰਦਾਰ ਕਰਤਾਰ ਸਿੰਘ ਚੱਬਰ ਦੇ ਕੋਲ مشورے واسطے ਭੇਜੀ ਜਾਣ ਤਾਂ ਜੋ ਸਾਡੀ 16 ਸਿਪਾਈ ਹੋ ਜਾਵੇ ਇਸੇ ਤਰ੍ਹਾਂ ਹੋਇਆ ਇਹਨੇ ਦੋ ਆਦਮੀ ਸਰਦਾਰ ਕਰਤਾਰ ਸਿੰਘ ਝੱਬਰ ਦੇ ਪਾਸ ਭੇਜੇ ਔਰ ਉਹਦੇ ਵਿੱਚ ਲਿਖਿਆ ਸੀ ਆਂਦਾ ਵੀ ਆਉਣ ਵਾਲੀ 14 ਤਰੀਕ ਨੂੰ ਲਾਹੌਰ ਦੇ ਵਿੱਚ ਇੱਕ ਮੀਟਿੰਗ ਕੀਤੀ ਜਾਵੇ ਤਾਂ ਜੋ ਇਹਦੇ ਵਿੱਚੋਂ ਆਪਾਂ ਕੋਈ ਨਾ ਕੋਈ ਗੱਲ ਸਾਹਮਣੇ ਲਾਏ ਮੈਂ ਤੁਹਾਡੇ ਸਾਹਮਣੇ ਝੁਕਣ ਵਾਸਤੇ ਤਿਆਰ ਆ ਇੰਦਰੈਨੂ ਮੰਤ ਕਹਿੰਦਾ ਚਿੱਠੀ ਦੇ ਵਿੱਚ ਸਰਦਾਰ ਕਰਤਾਰ ਸਿੰਘ ਛੱਬਰ ਦੇ ਕੋਲ ਚਿੱਠੀ ਪਹੁੰਚੀ ਉਹਨੇ ਉਹ ਚਿੱਠੀ ਪੜ੍ਹੀ ਪੜ੍ਹਨ ਤੋਂ ਬਾਅਦ ਉਹ ਜਿਹੜੇ ਬੰਦੇ ਆਏ ਸੀ ਉਹਨਾਂ ਨੂੰ ਆਖਿਆ ਵੀ ਠੀਕ ਐ ਨਰੈਣੂ ਮੰਤ ਦੇ ਨਾਲ ਮਿਲਣ ਵਾਸਤੇ ਅਸੀਂ ਤਿਆਰ ਆਂ ਸਤਸੰਗਰ ਕਿੱਡਾ 도ਗਲਾ ਬੰਦਾ ਐ ਨਰੈਣੂ ਮੰਤ ਇੱਕ ਬੰਨੇ ਸਿੱਖਾਂ ਨੂੰ ਇਹ ਗੱਲ ਕਹਿੰਦਾ ਕਿ ਮੇਰੇ ਨਾਲ ਆ ਕੇ ਮੀਟਿੰਗ ਕਰੋ ਔਰ ਉਹ ਮੀਟਿੰਗ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਆਖੋਗੇ ਉਸੇ ਤਰ੍ਹਾਂ ਗੁਰੂ ਘਰ ਦਾ ਪ੍ਰਬੰਧ ਹੋ ਜਾਵੇਗਾ ਪਰ ਦੂਸਰੇ ਬੰਨੇ ਇਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਅਨੇਕਾਂ ਹੀ ਗਡਾਸੇ ਅਨੇਕਾਂ ਹੀ ਸ਼ਵੀਆਂ ਔਰ 10 ਨੰਬਰੀਏ ਗੁੰਡੇ ਜਿਹੜੇ ਆਪਣੇ ਕੋਲ ਤਨਖਾਹ ਤੇ ਭਰਤੀ ਕਰ ਲੈ। ਉਹਦਾ ਕਾਰਨ ਕੀ ਸੀ? ਸਿੱਖਾਂ ਨੂੰ ਵਸਾਹ ਦੇ ਨਾਲ ਮਾਰਨਾ। ਅੱਜ ਜਿਹੜਾ ਆਉਣਾ ਹੈ ਨਾ ਸਿੱਖਾਂ ਨੇ 4 ਤੇ 5 6 ਤਰੀਕ ਨੂੰ 6 ਤਰੀਕ ਨੂੰ ਪੰਥ ਦਾ ਬਹੁਤ ਵੱਡਾ ਨੁਕਸਾਨ ਕਰਨ ਵਾਸਤੇ ਇਸ ਪਾਪੀ ਨੇ ਹਥਿਆਰ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਰੱਖਿਆ ਹੈ। ਇਸ ਪਾਪੀ ਨੇ 10 ਨੰਬਰੀਏ ਗੁੰਡੇ ਜਿਨ੍ਹਾਂ ਨੇ ਅਨੇਕਾਂ ਕਤਲ ਕੀਤੇ ਐ ਉਹਨਾਂ ਨੂੰ ਤਨਖਾਹ ਤੇ ਆਪਣੇ ਪਾਸ ਰੱਖਿਆ ਹੋਇਆ। ਇਧਰ ਸਿੱਖਾਂ ਦੇ ਨਾਲ ਸਲਾਹ ਕਰਨ ਵਾਸਤੇ ਤੇ ਚਿੱਠੀ ਲਿਖ ਦਿੱਤੀ ਐ। ਚਲੋ ਸਰਦਾਰ ਕਰਤਾਰ ਸਿੰਘ ਚੱਬਰ ਇੱਕ ਦੋ ਸਿੱਖਾਂ ਦੇ ਸਮੇਤ ਲਾਹੌਰ ਦੇ ਉਸ ਜਗ੍ਹਾ ਤੇ ਆਉਂਦਾ ਜਿੱਥੇ ਜਗ੍ਹਾ ਮੁਕਰਰ ਕੀਤੀ ਹੋਈ ਐ ਪਰ ਉੱਥੇ ਸਮਾਂ ਦੇ ਕੇ ਨਰੈਣੂ ਮੰਤ ਨਹੀਂ ਜੇ ਪਹੁੰਚਦਾ। ਨਹੀਂ ਉੱਥੇ ਪਹੁੰਚਿਆ। ਸਾਹ ਸੰਕਰਤਾਰ ਸਿੰਘ ਛੱਬਰ ਨੇ ਸਮਾਂ ਡੀਕਿਆ ਨਹੀਂ ਪਹੁੰਚਿਆ ਇਹ ਤੋਂ ਬਾਅਦ ਇੱਕ ਅਖਬਾਰ ਛਪਦੀ ਹੈ ਉਸ ਅਖਬਾਰੀ ਦਫ਼ਤਰ ਦੇ ਵਿੱਚ ਸਰਦਾਰ ਕਰਤਾਰ ਸਿੰਘ ਛੱਬਰ ਪਹੁੰਚ ਜਾਂਦਾ ਹੈ ਦੇਖੋ ਕਿਵੇਂ ਕਿਵੇਂ ਇਹ ਘਟਨਾ ਵਾਪਰਦੀ ਹੈ ਸਰਦਾਰ ਕਰਤਾਰ ਸਿੰਘ ਛੱਬਰ ਜਦੋਂ ਅਖਬਾਰੀ ਦਫ਼ਤਰ ਦੇ ਵਿੱਚ ਪਹੁੰਚਿਆ ਇੱਥੇ ਇਹਨਾਂ ਨੂੰ ਇੱਕ ਸਿੱਖ ਆ ਕੇ ਮਿਲਦਾ ਜਿਹਦਾ ਨਾਮ ਸੀ ਸਰਦਾਰ ਅਵਤਾਰ ਸਿੰਘ ਇਹ ਸਰਦਾਰ ਅਵਤਾਰ ਸਿੰਘ ਕਰਤਾਰ ਸਿੰਘ ਛੱਬਰ ਦਾ ਆਦਮੀ ਹੈ ਜਿਹੜਾ ਸੂਈਆ ਤੌਰ ਤੇ ਨਰੈਣੂ ਮੰਤ ਦੇ ਕੋਲ ਰਹਿੰਦਾ ਔਰ ਇੱਕ ਇੱਕ ਗੱਲ ਨਰੈਣੂ ਮੰਤ ਦੀ ਆ ਕੇ ਖਾਲਸੇ ਪੰਥ ਨੂੰ ਦਿੰਦਾ ਹੈ ਇੱਥੇ ਜਦੋਂ ਸਰਦਾਰ ਅਵਤਾਰ ਸਿੰਘ ਆਇਆ ਇਹਨੇ ਕਰਤਾਰ ਸਿੰਘ ਛੱਬਰ ਨੂੰ ਇਹ ਗੱਲ ਆਖੀ ਹੈ ਆਂਦਾ ਜਥੇਦਾਰ ਜੀ ਤੁਸੀਂ ਤੇ ਇੱਥੇ ਨਰੈਣੂ ਮੰਤ ਨੂੰ ਮਿਲਣ ਵਾਸਤੇ ਆਇਓ ਉਹਨੇ ਆਉਣਾ ਕੋਈ ਨਹੀਂ ਉਹ ਕੇਵਲ ਤੁਹਾਡੇ ਨਾਲ ਖੇਡਦਾ ਹੈ ਔਰ ਜਥੇਦਾਰ ਜੀ ਮੈਂ ਤੁਹਾਨੂੰ ਦੱਸ ਦੇਵਾਂ 4 ਤੇ 5 6 ਜਿਹੜੀ ਮਾਰਚ ਤੁਸੀਂ ਨਹੀਂ ਮਿੱਥੀ ਹੈ ਨਾ ਇਸ ਦਿਨ ਖਾਲਸੇ ਦਾ ਬੜਾ ਵੱਡਾ ਨੁਕਸਾਨ ਹੋਵੇਗਾ ਕਰਤਾਰ ਸਿੰਘ ਚੱਬਰ ਕਹਿੰਦਾ ਭਾਈ ਤੂੰ ਕਿਵੇਂ ਆਖਦਾ ਆਂਦਾ ਮੈਂ ਨਰਨੂ ਮੰਤ ਦੇ ਕੋਲੋਂ ਆਇਆ ਮਾਂ ਉਹਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਬੜਾ ਵੱਡਾ ਪ੍ਰਬੰਧ ਕੀਤਾ ਹੋਇਆ ਹੈ ਉਹਨੇ ਹਥਿਆਰ ਜਮ੍ਹਾਂ ਕਰ ਲਏ ਜਖੀਰਾ ਔਰ ਨਾਲ ਹੀ ਉਹਨੇ ਜਿਹੜੇ ਗੇਟ ਇਹਨਾਂ ਨੂੰ ਪੱਕੇ ਤੌਰ ਤੇ ਲੋਹੇ ਦੇ ਦਰਵਾਜ਼ੇ ਲਾ ਦਿੱਤੇ ਹੈ ਔਰ 10 ਨੰਬਰੀ ਇਹ ਗੁੰਡੇ ਰਾਂਝੇ ਵਰਗੇ ਰਹਾਣੇ ਵਰਗੇ ਉਹਨੇ ਆਪਣੇ ਪਾਸ ਪਹਾੜੇ ਤੇ ਰੱਖ ਲਈਏ ਔਰ ਉਹਨਾਂ ਦਾ ਕੰਮ ਹੀ ਇੱਕੋ ਆ ਵੀ ਲੋਕਾਂ ਨੂੰ ਕਤਲ ਕਰਨਾ ਔਰ ਪੰਥ ਨੂੰ ਜੇ ਤੁਸੀਂ ਬਚਾ ਸਕਦੇ ਹੋ ਤੇ ਉਸ ਦਿਨ ਬਚਾ ਲਓ ਆਹਦਾ ਵੀ ਉਸ ਦਿਨ ਦਾ ਦਿਨ ਜਿਹੜਾ ਇਹਨੂੰ ਡਿਸਮਿਸ ਕਰਕੇ ਕੋਈ ਹੋਰ ਤਰੀਕ ਰੱਖੀ ਜਾਵੇ ਨਾਲ ਹੀ ਉਸ ਅਵਤਾਰ ਸਿੰਘ ਨੇ ਇਹ ਵੀ ਕਹਿ ਦਿੱਤਾ ਕਿ ਆਉਣ ਵਾਲੀ 20 ਫਰਵਰੀ ਨੂੰ ਜਿਹੜੀ ਇੱਕ ਬਹੁਤ ਵੱਡੀ ਕਾਨਫਰੰਸ ਲਾਹੌਰ ਦੇ ਵਿੱਚ ਹੋ ਰਹੀ ਹੈ ਉਹਦੇ ਵਿੱਚ ਹਿੱਸਾ ਲੈਣ ਦੇ ਲਈ ਨਰੈਣੂ ਮੰਤ ਜਾ ਰਿਹਾ ਹੈ ਉਹ ਦਿਨ ਬੜਾ ਚੰਗਾ ਹੈ ਜੇ ਤੁਸੀਂ ਉਸ ਦਿਨ ਨਨਕਾਣਾ ਸਾਹਿਬ ਦੇ ਵਿੱਚ ਜਾ ਕੇ ਆਪਣਾ ਪ੍ਰਬੰਧ ਸੰਭਾਲ ਲਓ ਸਾਧ ਸੰਗਤ ਸਰਦਾਰ ਕਰਤਾਰ ਸਿੰਘ ਚੰਬਰ ਉੱਥੋਂ ਸਿੱਧਾ ਹੀ ਉਸ ਪਾਵਨ ਧਰਤੀ ਤੇ ਜਾਂਦਾ ਜਿੱਥੇ ਮੇਰੇ ਦਾਤੇ ਨੇ ਸੱਚਾ ਸੌਦਾ ਕੀਤਾ ਖਰਾ ਸੌਦਾ ਕੀਤਾ ਚੂੜ ਚੂੜਕਾ ਨੇ ਉੱਥੇ ਪਹੁੰਚਿਆ ਗੁਰਧਾਮ ਦੇ ਅੰਦਰ ਇੱਥੇ ਸਿੱਖਾਂ ਦੇ ਨਾਲ ਸਲਾਹ ਕੀਤੀ ਹੈ ਇੱਥੇ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਮਿਲਦਾ ਕਰਤਾਰ ਸਿੰਘ ਛੱਬਰ ਨੂੰ ਲਖਮਣ ਸਿੰਘ ਧਾਰੂ ਵਾਲੀ ਸਰਦਾਰ ਟੈਲ ਸਿੰਘ ਔਰ ਇਹਨਾਂ ਨੇ ਬੈਠ ਕੇ ਸੰਤ ਤੇਜਾ ਸਿੰਘ ਇਹਨਾਂ ਨੇ ਬੈਠ ਕੇ ਇੱਥੇ ਸਲਾਹ ਕੀਤੀ ਆਪਸ ਦੇ ਵਿੱਚ ਕਿ 4 5 ਤੇ 6 ਮਾਰਚ ਨੂੰ ਬੜਾ ਵੱਡਾ ਪੰਥ ਦਾ ਨੁਕਸਾਨ ਹੋਵੇਗਾ ਔਰ ਆਪਾਂ ਨੂੰ ਪਤਾ ਲੱਗ ਗਿਆ ਇਸ ਪੰਥ ਦੇ ਨੁਕਸਾਨ ਨੂੰ ਹੁਣ ਆਪਾਂ ਬਚਾ ਲਈਏ ਆਪਸ ਦੇ ਵਿੱਚ ਬੈਠ ਕੇ ਸਲਾਹਾਂ ਕਰਦੇ ਕਿਵੇਂ ਇਹਨੂੰ ਬਚਾਇਆ ਜਾ ਸਕਦਾ ਆਹਦੇ ਇੱਕੋ ਹੀ ਇੱਕ ਇੱਥੇ ਸਾਡੇ ਕੋਲ ਰਸਤਾ ਹੈ ਜੇ ਆਪਾਂ ਇਕੱਠੇ ਹੋ ਕੇ ਬਿਨਾ ਪੰਥ ਸ਼੍ਰੋਮਣੀ ਕਮੇਟੀ ਨੂੰ ਦੱਸਿਆ ਜੇ ਆਪਾਂ ਨਨਕਾਣਾ ਸਾਹਿਬ 20 ਤਰੀਕ ਨੂੰ ਪਹੁੰਚ ਜਾਈਏ ਤੇ ਉਹ ਪ੍ਰਬੰਧ ਜਿਹੜਾ ਅਸੀਂ ਸੰਭਾਲ ਸਕਦੇ ਆ ਆਪਸ ਦੇ ਵਿੱਚ ਸਲਾਹਾਂ ਕੀਤੀਆਂ مشਵਰਾ ਇਹਨਾਂ ਦਾ ਪਾਸ ਹੋ ਗਿਆ ਸਰਦਾਰ ਲక్ష్మణ ਸਿੰਘ ਧਾਰੋਵਾਲੀ ਇਹਨਾਂ ਦੀ ਡਿਊਟੀ ਲੱਗ ਗਈ ਆਂਦੇ ਵੀ ਤੁਸੀਂਾਂ ਨੇ ਸਿੱਖਾਂ ਨੂੰ ਲੈ ਕੇ ਪਹੁੰਚਣਾ ਇਧਰੋਂ ਅਸੀਂ ਆਵਾਂਗੇ ਔਰ ਇਕੱਠੀਆਂ ਹੋ ਕੇ ਇਹ ਮੈਂ ਤੇ ਚਲੋ ਦਰਸ਼ਨ ਨਹੀਂ ਕੀਤੇ ਇਤਿਹਾਸ ਦੇ ਵਿੱਚ ਪੜਿਆ ਇਤਿਹਾਸ ਕਰਕੇ ਕਹਿੰਦੇ ਉੱਥੇ ਪੱਠੇ ਐ ਔਰ ਉਹਨਾਂ ਪੱਠਿਆਂ ਦੇ ਲਾਗੇ ਸਾਰਾ ਸਾਡਾ ਇਕੱਠ ਹੋਵੇਗਾ ਔਰ ਫਿਰ ਅਸੀਂ ਇਕੱਠੇ ਹੋ ਕੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਜਾਵਾਂਗੇ ਸਰਦਾਰ ਕਰਤਾਰ ਸਿੰਘ ਚੱਬਰ ਸਰਦਾਰ ਟੈਲ ਸਿੰਘ ਸਦਾ ਲక్ష్మణ ਸਿੰਘ ਧਾਰੋਵਾਲੀ ਇਹਨਾਂ ਸਾਰਿਆਂ ਨੇ ਸਲਾਮਾਂ ਕਰ ਲੀਆਂ ਮਸ਼ਵਰੇ ਪਾਸ ਹੋ ਗਏ ਆਪੋ ਆਪਣੀ ਜਗ੍ਹਾ ਤੇ ਚਲੇ ਗਏ ਹੁਣ 19 ਤਰੀਕ ਨੂੰ ਲక్ష్మణ ਸਿੰਘ ਧਾਰੋ ਵਾਲੀ ਨੇ ਆਪਣੇ ਘਰੋਂ ਸ਼ਾਮਾਂ ਨੂੰ ਤੁਰਨਾ ਹੈ ਸਾਧ ਸੰਗਤ ਇਧਰੋਂ ਖਾਲਸੇ ਪੰਥ ਨੂੰ ਪਤਾ ਲੱਗ ਜਾਂਦਾ ਹੈ ਮਾਸਟਰ ਤਾਰਾ ਸਿੰਘ ਨੂੰ ਉਹਨਾਂ ਨੂੰ ਪਤਾ ਲੱਗਾ ਉਹਨਾਂ ਨੂੰ ਜਦੋਂ ਪਤਾ ਲੱਗਾ ਨਾ ਵੀ ਲక్ష్మణ ਸਿੰਘ ਧਾਰੋ ਵਾਲੀ ਸਦਾ ਕਰਤਾਰ ਸਿੰਘ ਛੱਬਰ ਇਹ ਆਪਣੇ ਜਥੇ ਲੈ ਕੇ 20 ਤਰੀਕ ਨੂੰ ਜਾ ਰਹੇ ਹੈ ਔਰ ਖਾਲਸੇ ਪੰਥ ਨੂੰ ਪਤਾ ਨਹੀਂ ਤੇ ਪੰਥ ਦਾ ਨੁਕਸਾਨ ਬੜਾ ਵੱਡਾ ਹੋਵੇਗਾ ਆਂਦੇ ਇਹਨਾਂ ਨੂੰ ਰੋਕ ਲਈਏ ਸਭ ਤੋਂ ਪਹਿਲਾਂ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਰੋਕਣ ਵਾਸਤੇ ਸਰਦਾਰ ਸੁੱਚਾ ਸਿੰਘ ਨੂੰ ਭੇਜਿਆ ਗਿਆ ਸਰਦਾਰ ਕਰਤਾਰ ਸਿੰਘ ਝੱਬਰ ਇਹ ਗੱਲ ਆਖਦਾ ਆਂਦੇ ਅਸੀਂ ਤੇ ਆਪਸ ਵਿੱਚ ਬੈਠ ਕੇ ਇਹ ਮਤਾ ਕਰ ਲਿਆ ਕਿ ਆਪੋ ਆਪਣੇ ਜਥੇ ਲੈ ਕੇ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਵਾਉਣਾ ਤੇ ਜੇ ਮੈਂ ਨਾ ਗਿਆ ਉਦ ਲక్ష్మణ ਸਿੰਘ ਧਾਰੋਵਾਲੀ ਆਪਣਾ ਜਥਾ ਲੈ ਕੇ ਚਲਾ ਗਿਆ ਤੇ ਕਹਿੰਦੇ ਫਿਰ ਕਿੱਡਾ ਵੱਡਾ ਪੰਥ ਦਾ ਨੁਕਸਾਨ ਹੋਵੇਗਾ ਤੇ ਪੰਥ ਨੂੰ ਕੌਣ ਜਵਾਬ ਦੇਵੇਗਾ ਇਹ ਸਰਦਾਰ ਕਰਤਾਰ ਸਿੰਘ ਛੱਬਰ ਦੇ ਸ਼ਬਦ ਸਨ ਇੱਥੇ ਜਦੋਂ ਇਹ ਗੱਲ ਹੋਈ ਸਰਦਾਰ ਦਲੀਪ ਸਿੰਘ ਉੱਠਦਾ ਆਂਦਾ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਨੂੰ ਰੋਕਣਾ ਮੇਰੀ ਜ਼ਿੰਮੇਵਾਰੀ ਹੋਵੇਗੀ ਸਰਦਾਰ ਦਲੀਪ ਸਿੰਘ ਇਹਨਾਂ ਨੇ ਆਪਣੀ ਜ਼ਿੰਮੇਵਾਰੀ ਸੰਭਾਲੀ ਸਰਦਾਰ ਕਰਤਾਰ ਸਿੰਘ ਛੱਬਰ ਰੁਕ ਗਏ ਸਰਦਾਰ ਦਲੀਪ ਸਿੰਘ ਜਾਂਦਾ ਇੱਕ ਚਿੱਠੀ ਲਿਖੀ ਗਈ ਸਾਧ ਸੰਗਤ ਜਿਹੜਾ ਹੁਕਮਨਾਮੇ ਦੇ ਰੂਪ ਦੇ ਵਿੱਚ ਹੀ ਹੈ ਪੰਥ ਦਾ ਹੁਕਮ ਜਿਹੜਾ ਪੰਥ ਦੇ ਆਗੂਆਂ ਦੇ ਉਹਦੇ ਤੇ ਸਹਿਣ ਹੈ ਕਿ ਇਸ ਤਰੀਕ ਨੂੰ ਜਾਓਗੇ ਤੇ ਬੜਾ ਵੱਡਾ ਨੁਕਸਾਨ ਹੋਵੇਗਾ ਤੁਸੀਂ ਨਹੀਂ ਜਾਣਾ ਪੰਥ ਨਾਲ ਸਮਝੌਤਾ ਕਰਕੇ ਜਾਣਾ ਹੈ ਸਰਦਾਰ ਦਲੀਪ ਸਿੰਘ ਉਹ ਜਗ੍ਹਾ ਤੇ ਚਲਾ ਗਿਆ ਜਿੱਥੇ ਇਹਨਾਂ ਨੇ ਮਿਲਣਾ ਇਕੱਠੀ ਹੋਣਾ ਪਰ ਉੱਥੇ ਲక్ష్ਮਣ ਸਿੰਘ ਧਾਰੋਵਾਲੀ ਇਹਨਾਂ ਨੂੰ ਮਿਲਿਆ ਕੋਈ ਨਹੀਂ ਜੇ ਮਿਲਦੇ ਕਿਉਂਕਿ ਇਤਿਹਾਸਕਾਰ ਕਹਿੰਦੇ ਜਦੋਂ ਸਰਦਾਰ ਲక్ష్ਮਣ ਸਿੰਘ ਧਾਰੋਵਾਲੀ ਨੇ ਇਹਨਾਂ ਦੇ ਨਾਲ ਗੱਲ ਕੀਤੀ ਨਾ ਆਪਾਂ ਨਨਕਾਣਾ ਸਾਹਿਬ ਆਜ਼ਾਦ ਕਰਵਾਉਣਾ ਹੈ ਸਰਦਾਰ ਲਖਮਣ ਸਿੰਘ ਧਾਰੋਵਾਲੀ ਤੇ ਸਰਦਾਰ ਟਹਿਲ ਸਿੰਘ ਸਿੱਖਾਂ ਦੇ ਘਰਾਂ ਦੇ ਵਿੱਚ ਜਾਂਦੇ ਆ ਕਿ ਸਾਨੂੰ ਸਹਯੋਗ ਦਿਓ ਤਾਂ ਜੋ ਇਕੱਠੀ ਹੋ ਕੇ ਨਨਕਾਣਾ ਸਾਹਿਬ ਨੂੰ ਆਪਾਂ ਆਜ਼ਾਦ ਕਰਵਾ ਸਕੀਏ ਸਿੱਖਾਂ ਦੇ ਘਰਾਂ ਦੇ ਵਿੱਚ ਜਾਂਦੇ ਮੰਗਣ ਵਾਸਤੇ ਉਹਨਾਂ ਦੇ ਕੋਲ ਸਹਿਤਾ ਤੇ ਸਾਧ ਸੰਗਤ ਬੜਾ ਵੱਡਾ ਜਥਾ ਵੀ ਤਿਆਰ ਹੋ ਗਿਆ ਪਰ ਸਰਦਾਰ ਦਲੀਪ ਸਿੰਘ ਨੂੰ ਸਰਦਾਰ ਲਖਮਣ ਸਿੰਘ ਧਾਰੋਵਾਲੀ ਮਿਲੇ ਨਹੀਂ ਕਿ ਪੰਥ ਦਾ ਹੁਕਮ ਹੈ ਕਿ ਤੁਸੀਂ ਰੁਕ ਜਾਓ ਜਥਾ ਲੈ ਕੇ ਨਾ ਜਾਇਓ ਸਰਦਾਰ ਕਰਤਾਰ ਸਿੰਘ ਛੱਬਰ ਰੁਕ ਗਿਆ ਲਸ਼ਮਣ ਸਿੰਘ ਧਾਰੋਵਾਲੀ ਸਰਦਾਰ ਟਹਿਲ ਸਿੰਘ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੇ ਪਾਵਨ ਚਰਨਾਂ ਦੇ ਵਿੱਚ ਅਰਦਾਸ ਕਰਕੇ ਹੁਕਮਨਾਮਾ ਲੈ ਕੇ ਆਗਿਆ ਲੈ ਕੇ ਆਪਣੇ ਨਾਲ ਦੇ ਸਿੰਘਾਂ ਨੂੰ ਲੈ ਕੇ ਨਨਕਾਣਾ ਸਾਹਿਬ ਨੂੰ ਚਾਲੇ ਮਾਰ ਦਿੱਤੀ ਚਾਲੇ ਪਾ ਦਿੱਤੀ ਦੇਖੋ ਕਿੱਡੀ ਅਰਦਾਸ ਦੀ ਮਹਾਨਤਾ ਜੇ ਦੇ ਵਿੱਚ ਸਾਨੂੰ ਭਰੋਸਾ ਨਹੀਂ ਹੈ ਅਰਦਾਸ ਤੇ ਕਿਤੇ ਇਹਨਾਂ ਸਿੱਖਾਂ ਦੇ ਜੀਵਨ ਦੇ ਵਿੱਚੋਂ ਅਰਦਾਸ ਦੀ ਮਹਾਨਤਾ ਪੜ ਲਈ ਔਰ ਸਦੋ ਸਾਥ ਸਿੰਘ ਲక్ష్మణ ਸਿੰਘ ਧਾਰੂ ਵਾਲੀ ਸਰਦਾਰ ਟੈਲ ਸਿੰਘ ਹਣੀ ਤੁਰਦੇ ਆ ਇਹ ਬਾਉਦਾਈ ਰਾਤ ਦੇ ਹਨੇਰੇ ਦੇ ਵਿੱਚ ਸਾਢੇ 8 ਵਜੇ ਇਤਿਹਾਸ ਕਰਕੇ ਨੇ ਤੁਰਦੀ ਹੈ ਬਾਉਦਾਈ ਕਰਦੀ ਹੋਏ ਲਗਭਗ ਨਨਕਾਣਾ ਸਾਹਿਬ ਤੋਂ 6 ਕਿਲੋਮੀਟਰ ਪਿੱਛੇ ਆ ਕੇ ਇਹਨਾਂ ਨੇ ਆਰਾਮ ਲਿਆ ਇੱਥੇ ਸਰਦਾਰ ਲక్ష్మణ ਸਿੰਘ ਧਾਰੂ ਵਾਲੀ ਨੇ ਆਪਣੇ ਜਥੇ ਦੇ ਵਿੱਚੋਂ ਇੱਕ ਸਿੰਘ ਨੂੰ ਭੇਜਿਆ ਵੀ ਅੱਗੇ ਜਾ ਕੇ ਵੇਖੋ ਜਿੱਥੇ ਆਪਾਂ ਜਗਾ ਮਿੱਥੀ ਸੀ ਕਰਤਾਰ ਸਿੰਘ ਚੱਬਰ ਪਹੁੰਚ ਗਿਆ ਉਹਨਾਂ ਦਾ ਜਥਾ ਆ ਗਿਆ ਪੰਥ ਇਕੱਠਾ ਹੋ ਗਿਆ ਜਦੋਂ ਉਹ ਸਿੱਖ ਜਾਂਦਾ ਹੈ ਉਥੇ ਕੋਈ ਸਿੱਖ ਨਹੀਂ ਹੈ ਕਰਤਾਰ ਸਿੰਘ ਛੱਬਰ ਨਹੀਂ ਕਿਉਂਕਿ ਉਹਨੂੰ ਖਾਲਸੇ ਨੇ ਰੋਕ ਦਿੱਤਾ ਕਿ ਤੁਸੀਂ ਨਹੀਂ ਜਾਣਾ ਔਰ ਸਾਧ ਸੰਗਤ ਉਹਨੇ ਆ ਕੇ ਵਾਪਸ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਨੂੰ ਆਖਿਆ ਵੀ ਉਥੇ ਕਰਤਾਰ ਸਿੰਘ ਛੱਬਰ ਦਾ ਜਥਾ ਨਹੀਂ ਜੇ ਪਹੁੰਚਿਆ ਲਗ ਭਾਗ ਇਤਿਹਾਸਕਾਰ ਕਹਿੰਦੇ ਅਮਰਤਵੀਲਾ ਹੋ ਚੁੱਕਾ ਸੀ ਅਮਰਤਵੀਲਾ ਔਰ ਸਰਦਾਰ ਲਖਮਣ ਸਿੰਘ ਧਾਰੂ ਵਾਲੀ ਸਰਦਾਰ ਟਹਿਲ ਸਿੰਘ ਇਹਨਾਂ ਦੇ ਜਥੇਦਾਰ ਐ ਸਿੱਖਾਂ ਦੇ ਆਂਦੇ ਵੀ ਹੁਣ ਕੀ ਕੀਤਾ ਜਾਵੇ ਸਰਦਾਰ ਟਹਿਲ ਸਿੰਘ ਕਿੱਦਾਂ ਭਾਈ ਆਪਾਂ ਅਰਦਾਸ ਕਰਕੇ ਤੁਰਿਆਂ ਤੇ ਇਥੋਂ ਅਗਾ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਜਾਂ ਆਜ਼ਾਦ ਕਰਵਾ ਲਵਾਂਗੇ ਜਾਂ ਸ਼ਹੀਦ ਹੋ ਜਾਵਾਂਗੇ ਇੱਕੋ ਹੀ ਗੱਲ ਐ ਆਪਾਂ ਗੁਰੂ ਦੀ ਆਗਿਆਵਾਂ ਦੇ ਨਾਲ ਆਏ ਹਾਂ ਜੋ ਗੁਰੂ ਨੂੰ ਮਨਜ਼ੂਰ ਹੋਵੇਗਾ ਉਹੀ ਕੁਝ ਹੋਵੇਗਾ ਸਾਧ ਸੰਗਤ ਇਥੋਂ ਜਦੋਂ ਤੁਰਨ ਲੱਗੇ ਨਾ ਇਤਿਹਾਸ ਕਰ ਕਹਿੰਦੀ ਸਰਦਾਰ ਦਲੀਪ ਸਿੰਘ ਸਾਰੀ ਰਾਤ ਲੱਭਦਾ ਰਿਹਾ ਇਨਾਂ ਨੂੰ ਲਸ਼ਮਣ ਸਿੰਘ ਧਾਰੋਵਾਲੀ ਨਾਮ ਮਿਲਿਆ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਇੱਥੇ ਲੱਗ ਗਈ ਇੱਕ ਕਾਰਖਾਨਾ ਸੀ ਸਰਦਾਰ ਉੱਤਮ ਸਿੰਘ ਦਾ ਇਹ ਵੀ ਸਿੱਖ ਹੈ ਇੱਥੇ ਇੱਕ ਸਿੱਖ ਰਹਿੰਦਾ ਬਰਿਆਮ ਸਿੰਘ ਔਰ ਜਦੋਂ ਸਰਦਾਰ ਦਲੀਪ ਸਿੰਘ ਥੱਕ ਗਿਆ ਨਾ ਸਾਰੀ ਰਾਤ ਉੱਤਮ ਸਿੰਘ ਦੇ ਕਾਰਖਾਨੇ ਵਿੱਚ ਚਲਾ ਗਿਆ ਔਰ ਕਾਰਖਾਨੇ ਦੇ ਵਿੱਚ ਇਹਨੂੰ ਬਰਿਆਮ ਸਿੰਘ ਮਿਲਦਾ ਹੈ ਬਰਿਆਮ ਸਿੰਘ ਨੂੰ ਕਹਿੰਦਾ ਭਾਈ ਮੈਨੂੰ ਸਰਦਾਰ ਧਾਰੋਵਾਲੀ ਨਹੀਂ ਮਿਲਿਆ ਆ ਚਿੱਠੀ ਲੈ ਖਾਲਸੇ ਪੰਥ ਦੀ ਮੈਂ ਕੁਝ ਘੜੀਆਂ ਆਰਾਮ ਕਰ ਲਵਾਂ ਜੇ ਤੈਨੂੰ ਸਰਦਾਰ ਧਾਰੋਵਾਲੀ ਦਾ ਜਥਾ ਮਿਲ ਜਾਵੇ ਉਹਦੇ ਹੱਥ ਦੇ ਉੱਪਰ ਆ ਖਾਲਸੇ ਦਾ ਹੁਕਮ ਰੱਖ ਦੇਵੀਂ ਆ ਹੁਕਮ ਰੱਖ ਦੇਵੀਂ ਹੁਣ ਸਰਦਾਰ ਬਰਿਆਮ ਸਿੰਘ ਉਹ ਜਗ੍ਹਾ ਤੇ ਪਹੁੰਚਦਾ ਜਿੱਥੋਂ ਉਹ ਖਾਲਸੇ ਪੰਥ ਨੇ ਅਗਾਹ ਨੂੰ ਜਾਣਾ ਉਡੀਕ ਦੇ ਵਿੱਚ ਜਦੋਂ ਇਹ ਜਥਾ ਲੱਗੇ ਗਿਆ ਇਹਨੇ ਬਰਿਆਮ ਸਿੰਘ ਨੇ ਫਤਿਹ ਬੁਲਾ ਕੇ ਸਰਦਾਰ ਲਖਮਨ ਸਿੰਘ ਧਾਰੂ ਵਾਲੀ ਦੇ ਹੱਥ ਦੇ ਉੱਪਰ ਉਹ ਖਾਲਸੇ ਪੰਥ ਦੀ ਚਿੱਠੀ ਰੱਖ ਦਿੱਤੀ ਜਿਹਦੇ ਉੱਪਰ ਲਿਖਿਆ ਸੀ ਸਰਦਾਰ ਲਖਮਨ ਸਿੰਘ ਜੀ ਤੁਸੀਂ ਖਾਲਸੇ ਨੂੰ ਲੈ ਕੇ ਨਨਕਾਣਾ ਸਾਹਿਬ ਨਹੀਂ ਜਾਉਂਗੇ ਆ ਗੱਲ ਲਿਖੀ ਹੈ ਖਾਲਸੇ ਪੰਥ ਨੇ ਕਿ ਅੱਗੇ ਬੜਾ ਵੱਡਾ ਨੁਕਸਾਨ ਹੋਵੇਗਾ ਸਾਧ ਸੰਗਤ ਸਰਦਾਰ ਲਖਮਨ ਸਿੰਘ ਧਾਰੂ ਵਾਲੀ ਨੇ ਉਹ ਚਿੱਠੀ ਪੜ੍ਹੀ ਹੈ ਚਿੱਠੀ ਪੜ੍ਹਨ ਤੋਂ ਬਾਅਦ ਸਰਦਾਰ ਟਹਿਲ ਸਿੰਘ ਨੂੰ ਦੱਸਿਆ ਕਿ ਆਹ ਕੁਝ ਲਿਖਿਆ ਖਾਲਸੇ ਦਾ ਹੁਕਮ ਹੈ ਹੁਣ ਦੱਸੋ ਪੰਥ ਦਾ ਹੁਕਮ ਮੰਨਿਆ ਹੈ ਕਿ ਆਪਾਂ ਜਿਹੜੀ ਅਰਦਾਸ ਕਰਕੇ ਤੁਰਿਆ ਉਹ ਗੱਲ ਨੂੰ ਮੰਨਿਆ ਜਾਵੇ। ਦੇਖੋ ਸਾਧ ਸੰਗਤ ਇੱਥੇ ਅਰਦਾਸ ਦੀ ਮਹਾਨਤਾ ਕਿੰਨੀ ਵੱਡੀ ਹੈ। ਕਿੰਨਾ ਕੋਝਾ ਇਹ ਦੇ ਵਿੱਚੋਂ ਸਰਦਾਰ ਲక్ష్మణ ਸਿੰਘ ਧਾਰੂ ਵਾਲੀ ਨੇ ਇਹ ਗੱਲ ਆਖੀ ਆਂਦਾ ਟੈਲ ਸਿੰਘ ਜੀ ਆਪਾਂ ਇੱਥੋਂ ਵਾਪਸ ਚਲੇ ਜਾਈਏ। ਬੜਾ ਵੱਡਾ ਨੁਕਸਾਨ ਹੋ ਸਕਦਾ ਹੈ। ਕਿਉਂਕਿ ਸਰਦਾਰ ਕਰਤਾਰ ਸਿੰਘ ਛੱਬਰ ਨਹੀਂ ਪਹੁੰਚ ਰਿਹਾ। ਜਿਹੜੇ ਆਪਾਂ ਇਕੱਠੇ ਹੋ ਕੇ ਸਲਾਹ ਕੀਤੀ ਸੀ ਉਹਦੇ ਵਿੱਚੋਂ ਅੱਧੇ ਜਾ ਰਹੇ ਅੱਧੇ ਨਹੀਂ ਜਾ ਰਹੇ। ਸਾ ਸਾਸਨ ਸਰਦਾਰ ਟੈਲ ਸਿੰਘ ਦੇ ਹੱਥ ਦੇ ਵਿੱਚ ਸ੍ਰੀ ਸਾਹਿਬ ਹੈ ਇਤਿਹਾਸ ਕਰਕੇ ਨੇ ਉਹਨੂੰ ਜ਼ਮੀਨ ਤੇ ਮਾਰੀ ਹੈ ਆਂਦਾ ਸਰਦਾਰ ਲక్ష్మణ ਸਿੰਘ ਜੀ ਜੇ ਤੁਸੀਂ ਵਾਪਸ ਜਾਣਾ ਚਾਹੁੰਦੇ ਤੇ ਜਾ ਸਕਦੇ ਹੋ ਪਰ ਮੈਨੂੰ ਮੇਰਾ ਗੁਰੂ ਆਖਦਾ ਕਿ ਤੂੰ ਅੱਗੇ ਜਾਣਾ ਔਰ ਜੋ ਕੁਝ ਉਸ ਕੋ ਕਰਮ ਪਾਪੀ ਨੇ ਕੀਤਾ ਹੈ ਉਹਨੂੰ ਕੇਵਲ ਤਾਂ ਕੇਵਲ ਸ਼ਹੀਦੀਆਂ ਦੇ ਕੇ ਆਪਣੇ ਖੂਨ ਦੇ ਨਾਲ ਹੀ ਸਾਬ ਕੀਤਾ ਜਾ ਸਕਦਾ ਹੈ ਸਰਦਾਰ ਟਹਿਲ ਸਿੰਘ ਦੇ ਇਹ ਬਚਨ ਜਦੋਂ ਸੁਣੇ ਨਾ ਸਰਦਾਰ ਲਖਮਣ ਸਿੰਘ ਧਾਰੋ ਵਾਲੀ ਇਹਦਾ ਖੂਨ ਖੋਲ ਗਿਆ ਆਂਦਾ ਜੇ ਮੇਰੇ ਨਾਲ ਦਾ ਸਿੰਘ ਸਰਦਾਰ ਟਹਿਲ ਸਿੰਘ ਇਹ ਗੱਲ ਕਹਿੰਦਾ ਕਿ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਨੂੰ ਆਜ਼ਾਦ ਕਰਵਾਉਣ ਵਾਸਤੇ ਆਪਣਾ ਖੂਨ ਦੇਣਾ ਪਵੇਗਾ ਤੇ ਮੈਂ ਇਸ ਖੂਨ ਤੋਂ ਪਿੱਛੇ ਨਹੀਂ ਹੋਵਾਂਗਾ ਮੇਰਾ ਖੂਨ ਵੀ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਡੁੱਲ ਕੇ ਹੋਵੇਗਾ ਮੈਂ ਵੀ ਗੁਰੂ ਨਾਨਕ ਸਾਹਿਬ ਦੀ ਪਾਵਨ ਧਰਤੀ ਤੇ ਆਪਣਾ ਸਿਰ ਸਜਦਾ ਕਰਕੇ ਵਾਪਸ ਆਵਾਂਗਾ ਸਾਧ ਸੰਗਤ ਦੋਨਾਂ ਨੇ ਆਪਸ ਦੇ ਵਿੱਚ ਸਲਾਹ ਕੀਤੀ ਬਰਿਆਮ ਸਿੰਘ ਨੂੰ ਕਹਿਤਾ ਭਾਈ ਤੂੰ ਜਾ ਕੇ ਪੰਥ ਨੂੰ ਕਹਿ ਦੇ ਕਿ ਅਸੀਂ ਤੇ ਵਾਪਸ ਨਹੀਂ ਜਾਵਾਂਗੇ ਅਸੀਂ ਤਾਂ ਨਨਕਾਣਾ ਸਾਹਿਬ ਦਰਸ਼ਨ ਕਰਕੇ ਵਾਪਸ ਆਉਣਾ ਇਸੇ ਤਰ੍ਹਾਂ ਹੋਇਆ ਸਾਧ ਸੰਗਤ ਇਸ ਸਮੁੱਚਾ ਪੰਥ ਲਗਭਗ 6 ਵਜੇ ਲਗਭਗ ਇਤਿਹਾਸ ਕਰ ਕਹਿੰਦੇ 6 ਵਜੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਅੰਦਰ ਪ੍ਰਵੇਸ਼ ਹੋ ਗਏ ਦਰਬਾਰ ਸਾਹਿਬ ਦੇ ਵਿੱਚ ਇੱਧਰ ਦੂਸਰੇ ਬੰਨੇ 20 ਤਰੀਕ ਦਾ ਦਿਨ ਆ ਗਿਆ ਜਿਹੜਾ ਅੱਜ ਦਾ ਦਿਨ 20 ਤਰੀਕ ਦਾ ਇਸ ਦਿਨ ਨਰੈਣੂ ਮਹੰਤ ਨੇ ਲਾਹੌਰ ਦੇ ਵਿੱਚ ਜਾਣਾ ਉਸ ਮੀਟਿੰਗ ਦੇ ਵਿੱਚ ਹਿੱਸਾ ਲੈਣ ਦੇ ਲਈ ਤੇ ਸਾਧ ਸੰਗਤ ਉਹ ਚਲਾ ਗਿਆ ਰੇਲ ਗੱਡੀ ਦੇ ਵਿੱਚ ਬੈਠ ਗਿਆ ਜਿਹੜੀ ਇਹਦੀ ਰਖੇਲ ਹੈ ਨਾ ਮਰਾਸਨ ਉਹਨੂੰ ਪਤਾ ਲੱਗਾ ਅਕਾਲੀਆਂ ਨੇ ਆ ਕੇ ਨਨਕਾਣਾ ਸਾਹਿਬ ਦੇ ਉੱਪਰ ਕਬਜ਼ਾ ਕਰ ਲਿਆ ਬੈਠ ਗਿਆ ਇਹ ਮਗਰ ਗਈ ਭੱਜੀ ਜਾਣ ਦੀ ਉੱਚੀ ਆਵਾਜ਼ਾਂ ਮਾਰਦੀ ਹੈ ਕਹਿੰਦੀ ਨਰੈਣਦਾਸ ਮਹੰਤਾ ਤੂੰ ਤੇ ਇਧਰ ਲਾਹੌਰ ਨੂੰ ਚਾਲੇ ਮਾਰ ਦਿੱਤੇ ਇੱਧਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਗੁਰਦੁਆਰਾ ਸਹਿਦ ਦੇ ਉੱਪਰ ਅਕਾਲੀ ਸਿੰਘਾਂ ਦਾ ਕਬਜ਼ਾ ਹੋ ਗਿਆ ਸੀ ਜਦੋਂ ਆਹ ਗੱਲ ਇਹਦੇ ਕੰਨਾਂ 'ਚ ਪਈ ਇਹਨੇ ਚੱਲਦੀ ਗੱਡੀ ਤੋਂ ਛਾਲ ਵਾਪਸ ਮਾਰ ਦਿੱਤੀ ਐ ਇਹ ਨਰੈਣਦਾਸ ਮਹੰਤ ਨਰੈ ਨੂੰ ਵਾਪਸ ਆ ਗਿਆ ਉਤਰ ਆਉਂਦਾ ਗੱਡੀ ਤੋਂ ਇਹਨੂੰ ਇੰਨਾ ਕੋਈ ਜ਼ਿਆਦਾ ਗੁੱਸਾ ਇੱਧਰ ਦੂਸਰੇ ਬੰਨੇ ਜਿਹੜੇ ਸਿੱਖ ਨਨਕਾਣਾ ਸਾਹਿਬ ਪ੍ਰਵੇਸ਼ ਕਰ ਗਏ ਹਨ ਇਹਨਾਂ ਨੇ ਜਾ ਕੇ ਆਸਾ ਕੀ ਵਾਰ ਦਾ ਕੀਰਤਨ ਆਰੰਭ ਕਰ ਦਿੱਤਾ ਸਰਦਾਰ ਟਹਿਲ ਸਿੰਘ ਦੱਖਣੀ ਦਰਵਾਜੇ ਦੇ ਉੱਪਰ ਡਿਊਟੀ ਦਿੰਦਾ ਪਿਆ ਜੀ ਸਰਦਾਰ ਲక్ష్మణ ਸਿੰਘ ਧਾਰੋ ਵਾਲੀ ਜਿਹੜੇ ਆਪਣਾ ਸਿਰ ਤਲੀ ਤੇ ਰੱਖ ਕੇ ਤੁਰੇ ਆ ਨਾ ਅੱਜ ਉਹ ਖੂਨ ਦੇਣ ਵਾਸਤੇ ਆਏ ਆ ਉਹ ਬਚਣ ਵਾਸਤੇ ਨਹੀਂ ਸੀ ਆਏ ਸਰਦਾਰ ਲక్ష్మణ ਸਿੰਘ ਧਾਰੋ ਵਾਲੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਬੈਠ ਗਏ ਇਤਿਹਾਸਕਾਰ ਕਹਿੰਦੇ ਨੇ ਇੱਧਰ ਆਸਾ ਕੀ ਵਾਰ ਦਾ ਕੀਰਤਨ ਸ਼ੁਰੂ ਹੋਇਆ ਪਿਆ ਏ ਸਰਦਾਰ ਟੈਲ ਸਿੰਘ ਡਿਊਟੀ ਦਿੰਦਾ ਸਦਾ ਲక్ష్మణ ਸਿੰਘ ਧਾਰੋ ਵਾਲੀ ਡਿਊਟੀ ਦਿੰਦਾ ਇੱਕ ਛੋਟਾ ਜਿਹਾ ਬੱਚਾ ਭਾਈ ਦਰਬਾਰਾ ਸਿੰਘ ਸਾਸਾ ਛੋਟਾ ਜਿਹਾ ਬੱਚਾ ਸੀ ਕੋਈ ਬਹੁਤਾ ਵੱਡਾ ਨਹੀਂ ਇਹ ਪਿਤਾ ਦੇ ਨਾਲ ਆਇਆ ਪਿਤਾ ਕਹਿੰਦਾ ਸੀ ਮੈਂ ਚੱਲਿਆ ਨਾਨਕਾਣਾ ਸਾਹਿਬ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਧਾਮਾਂ ਦੇ ਦਰਸ਼ਨ ਕਰਨ ਵਾਸਤੇ ਤੇ ਭਾਈ ਦਰਬਾਰਾ ਸਿੰਘ ਕਹਿੰਦਾ ਕਿ ਪਿਤਾ ਜੀ ਮੈਂ ਵੀ ਜਾਣਾ ਆਂਦਾ ਵੀ ਉੱਥੇ ਹੋ ਸਕਦਾ ਹੈ ਕੁਰਬਾਨੀ ਕਰਨੀ ਪੈ ਜਾਵੇ ਸ਼ੀਧੀ ਤੇ ਸਰਦਾਰ ਦਰਬਾਰਾ ਸਿੰਘ ਤੋਤਲੀ ਜੀ ਜੁਬਾਨ ਨਾਲ ਆਖਦਾ ਪਿਤਾ ਜੀ ਕੀ ਹੋ ਗਿਆ ਜੇ ਤੁਸੀਂ ਕੁਰਬਾਨ ਹੋਵੋਗੇ ਜਿਹੜੇ ਰਸਤੇ ਤੁਸੀਂ ਜਾਓਗੇ ਮੈਂ ਵੀ ਸ਼ੀਦੀ ਪ੍ਰਾਪਤ ਕਰ ਜਾਵਾਂਗਾ ਬੱਚੀ ਦੇ ਅੰਦਰ ਕਿੱਡਾ ਜਜ਼ਬਾ ਸੀ ਦਾਦੀ ਨੇ ਆਪ ਖੁਦ ਤਿਆਰ ਕੀਤਾ ਮਾਂ ਨਹੀਂ ਹੈ ਆਪਣੇ ਪਿਤਾ ਦੇ ਨਾਲ ਚੱਲ ਕੇ ਆਇਆ ਸਾਧ ਸੰਗਤ ਇੱਥੇ ਜਦੋਂ ਸਿੱਖਾਂ ਨੇ ਗੁਰਬਾਣੀ ਦਾ ਜਾਪ ਕਰਨਾ ਆਰਾਮ ਕਰਤਾ ਆਪੋ ਆਪਣੀਆਂ ਡਿਊਟੀਆਂ ਸਾਂਭ ਲਈਆਂ ਦੂਸਰੇ ਬੰਨੇ ਉਹ ਮਹੰਤ ਰੇਲ ਗੱਡੀ ਤੋਂ ਉਤਰ ਕੇ ਹੁਣ ਗੁਰਦੁਆਮ ਦੇ ਅੰਦਰ ਆ ਗਿਆ ਇਨੇ ਆਉਂਦਿਆਂ ਸਾਰ ਜਿਹੜੇ ਗੁੰਡੇ ਆਪਣੇ ਕੋ ਰੱਖੇ ਹਨ ਉਹਨਾਂ ਨੂੰ ਹੁਕਮ ਲਾਉਂਦਾ ਆਂਦਾ ਵੀ ਇੱਕ ਵੀ ਸਿੱਖ ਚਾਹੇ ਉਹ ਬੱਚਾ ਬੀਬੀ ਕੋਈ ਵੀ ਹੈ ਬਚ ਕੇ ਇਥੋਂ ਵਾਪਸ ਨਾ ਜਾਵੇ ਬਚ ਕੇ ਵਾਪਸ ਨਾ ਜਾਵੇ ਉਸੇ ਤਰ੍ਹਾਂ ਹੋਇਆ ਬੜੇ ਟਕੂਏ ਬੜੇ ਗਡਾਸੀਆਂ ਔਰ ਬੜੇ ਸਾਧ ਸੰਸ਼ਾਸਤਰ ਤੋਪਾਂ ਦੇ ਨਾਲ ਸਿੱਖਾਂ ਦੇ ਉੱਪਰ ਵਾਰ ਕੀਤੇ ਜਾਂਦੇ ਸਭ ਤੋਂ ਵੱਡੀ ਕਨੌਣੀ ਹਰਕਤ ਜਿਹੜੀ ਕੀਤੀ ਚਲੋ ਸਿੱਖਾਂ ਦੇ ਸਭ ਤੋਂ ਪਹਿਲੀ ਗੋਲੀ ਜਿਹੜੀ ਵੱਜਦੀ ਹੈ ਨਾ ਸਰਦਾਰ ਟਹਿਲ ਸਿੰਘ ਦੀ ਛਾਤੀ ਵਿੱਚ ਵਜ ਗਈ ਸਭ ਤੋਂ ਪਹਿਲੀ ਔਰ ਸਭ ਤੋਂ ਪਹਿਲੇ ਸ਼ਹੀਦ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਸਰਦਾਰ ਟਹਿਲ ਸਿੰਘ ਦੀ ਹੈ ਜਿਹੜੇ ਦੱਖਣੀ ਦਰਵਾਜ਼ੇ ਬਾਹੀ ਤੇ ਬੈਠੇ ਡਿਊਟੀ ਦੇ ਰਹੇ ਸਨ ਇਹ ਤੋਂ ਬਾਅਦ ਸਿੱਖਾਂ ਦੇ ਉੱਪਰ वार ਕੀਤੇ ਔਰ ਸਾਧ ਸੰਗਤ ਐਡਾ ਕੋ ਜਿਆਦਾ ਕੁਕਰਮ ਕੀਤਾ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਤਾਬਿਆ ਭਾਈ ਲక్ష్మణ ਸਿੰਘ ਧਾਰੋ ਵਾਲੀ ਬੈਠਾ ਉਹਦੇ ਉੱਪਰ ਅੰਨੇ ਵਾ ਇਹਨਾਂ ਲੋਕਾਂ ਨੇ ਗੋਲੀਆਂ ਮਾਰੀਆਂ ਜਿੱਥੇ ਗੋਲੀਆਂ ਸਰਦਾਰ ਲਖਮਣ ਸਿੰਘ ਧਾਰੋਵਾਲੀ ਦੇ ਲੱਗਦੀਆਂ ਉਥੇ ਨਾਲ ਦੀ ਨਾਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਨੂੰ ਵੀ ਗੋਲੀਆਂ ਲੱਗ ਜਾਂਦੀਆਂ ਪਾਵਨ ਬੀੜ ਇਤਿਹਾਸ ਪੜ ਕੇ ਵੇਖਿਓ ਮੈਂ ਪੜਿਆ 6 ਗੋਲੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀੜ ਦੇ ਵਿੱਚੋਂ ਕੱਢੀਆਂ ਗਈਆਂ ਇਸੇ ਕਰਕੇ ਉਹਨੂੰ ਸ਼ੀਦੀ ਬੀੜ ਆਖਿਆ ਜਾਂਦਾ ਔਰ 6 ਗੋਲੀਆਂ ਬੀੜ ਤੇ ਲੱਗੀਆਂ ਭਾਈ ਧਾਰੋਵਾਲੀ ਦੇ ਲੱਗੀਆਂ ਸਿੱਖਾਂ ਤੇ ਲੱਗੀਆਂ ਔਰ ਸਾਧ ਸੰਗਤ ਆਦਮ ਹੋਏ ਸਿੱਖ ਹੋਏ ਪਏ ਆਦਮ ਹੋਏ ਸਦਾ ਲਖਮਨ ਸਿੰਘ ਧਾਰੂ ਵਾਲੀ ਨੂੰ ਖਿੱਚ ਕੇ ਬਾਹਰ ਲੈ ਕੇ ਗਏ ਜਿੱਦਾਂ ਭਾਈ ਸਾਹਿਬ ਉਹਨਾਂ ਨੇ ਦੱਸਿਆ ਹੈ ਨਾ ਜਿਉਂਦੇ ਸਾਹ ਚੱਲਦੇ ਸੀ ਭਾਈ ਧਾਰੂ ਧਾਰੂ ਵਾਲੀ ਦੇ ਔਰ ਸਾਧ ਸੰਤ ਜਿਹੜਾ ਝੰਡ ਅੱਜ ਵੀ ਇਤਿਹਾਸਕਾਰ ਕਹਿੰਦੇ ਮੌਜੂਦ ਹੈ ਉਹਦੇ ਨਾਲ ਪੁੱਠਾ ਲਟਕਾ ਕੇ ਸਦਾ ਲਖਮਨ ਸਿੰਘ ਧਾਰੂ ਵਾਲੀ ਨੂੰ ਅੱਗ ਲਾ ਦਿੱਤੀ ਗਈ ਜਿਉਂਦੇ ਉਹਨਾਂ ਨੂੰ ਸਾੜ ਕੇ ਸ਼ਹੀਦ ਕੀਤਾ ਜਾਂਦਾ ਇਹਨਾਂ ਨੇ ਖੁਰਾਕੋਜ ਮਟਾਉਣ ਵਾਸਤੇ ਕਿ ਸਿੱਖ ਖਤਮ ਹੋ ਜਾਣ ਇਤਿਹਾਸਕਾਰ ਕਹਿੰਦੇ ਨੇ ਬੋਟੀ-ਬੋਟੀ ਕਰਕੇ ਰੱਖ ਦਿੱਤੇ ਬੋਟੀ-ਬੋਟੀ ਕਰਕੇ ਕਲਾਈ ਨਹੀਂ ਕਿ ਭਾਈ ਮਨੀ ਸਿੰਘ ਦਾ ਬੰਦਬੰਦ ਕਟਿਆ ਗਿਆ ਅਨੇਕਾਂ ਸਿੱਖਾਂ ਨੇ ਬੰਦਬੰਦ ਕਟਵਾ ਦਿੱਤੀ ਅਨੇਕਾਂ ਹੀ ਛਵੀਆਂ ਵਜੀਆਂ ਗਡਾਸੇ ਵੱਜੇ ਹੋਰ ਨੇਜੇ ਵੱਜਦੇ ਆ ਜਿਹੜਾ ਉਹਨਾਂ ਦੇ ਕੋਲ ਹਥਿਆਰ ਸੀ ਉਹ ਵਰਤਿਆ ਗਿਆ ਇਹਨਾਂ ਸਿੱਖਾਂ ਦੇ ਉੱਤੇ ਸਾਰੇ ਸਿੱਖ ਸ਼ਹੀਦ ਕਰ ਦਿੱਤੇ ਜਦੋਂ ਗੋਲੀਆਂ ਦੀ ਆਵਾਜ਼ ਆਈ ਭਾਈ ਦਲੀਪ ਸਿੰਘ ਉਤਮ ਸਿੰਘ ਦੇ ਕਾਰਖਾਨੇ ਦੇ ਵਿੱਚ ਆਰਾਮ ਕਰਦੇ ਆਵਾਜ਼ ਆਈ ਤੇ ਉੱਠ ਪਏ ਅੱਬੜ ਵਾਏ ਜਦੋਂ ਸਰਦਾਰ ਦਲੀਪ ਸਿੰਘ ਅੱਬੜ ਵਾਏ ਉੱਠੇ ਹਨਾ ਇਹਨਾਂ ਦੇ ਨਾਲ ਸਰਦਾਰ ਬਰਿਆਮ ਸਿੰਘ ਉੱਤਮ ਸਿੰਘ ਉੱਤਮ ਸਿੰਘ ਨਹੀਂ ਬਰਿਆਮ ਸਿੰਘ ਆਉਂਦੇ ਐ ਤੇ ਸਾਧ ਸੰਗਤ ਅਗਲੇ ਬੰਨੇ ਉਸ ਨਰੈਣ ਦਾਸ ਮੰਤ ਦੇ ਗੁੰਡਿਆਂ ਨੇ ਇਹਨਾਂ ਦੇ ਗੋਲੀਆਂ ਮਾਰੀਆਂ ਤੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਇਤਿਹਾਸਕਾਰ ਕਹਿੰਦੇ ਇਹਨਾਂ ਦੀਆਂ ਦੇਹਾਂ ਨੂੰ ਚੱਕਿਆ ਲਾਗੇ ਕੋਮਿਹਾਰਾਂ ਦੀਆਂ ਪੱਟੀਆਂ ਸੀ ਉਹਨਾਂ ਪੱਟੀਆਂ ਦੇ ਵਿੱਚ ਇਹਨਾਂ ਦੀਆਂ ਲਾਸ਼ਾਂ ਨੂੰ ਸੁੱਟ ਦਿੱਤਾ ਇਹਨਾਂ ਕੁਕਰਮ ਕੀਤਾ ਗਿਆ ਇਧਰੋਂ ਸਰਦਾਰ ਉੱਤਮ ਸਿੰਘ ਇੱਥੋਂ ਗਿਆ ਉਹਨੇ ਤਾਰਾਂ ਭੇਜੀਆਂ ਸਿੱਖਾਂ ਦੇ ਪਾਸ ਸਰਦਾਰ ਕਰਤਾਰ ਸਿੰਘ ਝੱਬਰ ਇਹਨਾਂ ਦੇ ਕੋਲ ਖਬਰਾਂ ਪਹੁੰਚੀਆਂ ਕਿ ਬੜਾ ਵੱਡਾ ਕਹਿਰ ਵਾਪਰ ਗਿਆ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਸਰਦਾਰ ਲਸ਼ਮਣ ਸਿੰਘ ਧਾਰੂ ਵਾਲੀ ਸਰਦਾਰ ਟੈਲ ਸਿੰਘ ਔਰ ਸਰਦਾਰ ਬਰਿਆਮ ਸਿੰਘ ਅਨੇਕਾ ਹੋਰ ਗੁਰੂ ਕੇ ਸਿੱਖਾਂ ਨੂੰ ਬੀਬੀਆਂ ਨੂੰ ਇਹਨਾਂ ਨੇ ਸ਼ਹੀਦ ਕਰਕੇ ਰੱਖ ਦਿੱਤਾ ਜਦੋਂ ਇਹ ਖਬਰਾਂ ਕਰਤਾਰ ਸਿੰਘ ਝੱਬਰ ਨੂੰ ਪਹੁੰਚੀਆਂ ਇਹਨਾਂ ਨੂੰ 1 ਮਿੰਟ ਵੀ ਆਰਾਮ ਨਹੀਂ ਜਿਆ 1 ਮਿੰਟ ਇੱਡਾ ਵੱਡਾ ਘਾਟਾ ਪੈ ਗਿਆ ਔਰ ਇੱਥੋਂ ਤੱਕ ਨਰੈਣੂਮੰਤ ਗਿਰ ਸਕਦਾ ਪੱਲਾ ਫੇਰ ਕੇ ਪਿੰਡਾਂ ਦੇ ਵਿੱਚ ਇਤਿਹਾਸ ਕਰ ਕਹਿੰਦੇ ਲਗਭਗ 4-5 ਹਜ਼ਾਰ ਸਿੱਖ ਇਕੱਠਾ ਹੋਇਆ ਉਹਨਾਂ ਨੂੰ ਲੈ ਕੇ ਸਰਦਾਰ ਕਰਤਾਰ ਸਿੰਘ ਚੱਬਰ ਫੇਰ ਉੱਥੇ ਪਹੁੰਚਦਾ ਦਰਬਾਰ ਸਾਹਿਬ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਜਦੋਂ ਕੋਲ ਪਹੁੰਚਿਆ ਨਾ ਇਹਨੇ ਇੱਕ ਲੀ ਖਿੱਚੀ ਹੈ ਲੀ ਖਿੱਚਣ ਤੋਂ ਬਾਅਦ ਇਹਨੇ ਜੋਸ਼ੀਲੇ ਢੰਗ ਦੇ ਨਾਲ ਕਰਤਾਰ ਸਿੰਘ ਚੱਬਰ ਨੇ ਤਕਰੀਰ ਕੀਤੀ ਆਂਦਾ ਖਾਲਸਾ ਜੀ ਹੋ ਸਕਦਾ ਹੈ ਕਿ ਅੱਜ ਸਾਨੂੰ ਵੀ ਉੱਥੇ ਜਾਨਵਾਰ ਨਹੀਂ ਪੈ ਸਕਦਾ ਸਾਨੂੰ ਵੀ ਜਿੱਦਾਂ ਕੋ ਕਰਮ ਦਾ ਨੈਰੂ ਮਹੰਤ ਨੇ ਕਰ ਦਿੱਤਾ ਹੈ ਨਾ ਅਸੀਂ ਦਰਬਾਰ ਸਾਹਿਬ ਨੂੰ ਆਜ਼ਾਦ ਕਰਨ ਤੋਂ ਬਿਨਾਂ ਵਾਪਸ ਨਹੀਂ ਆ ਸਕਦੇ ਹੋ ਸਕਦਾ ਹੈ ਕਿ ਸਾਨੂੰ ਵੀ ਉੱਥੇ ਖੂਨ ਦੇਣਾ ਪੈ ਜਾਵੇ ਔਰ ਮੈਂ ਤੁਹਾਨੂੰ ਵਾਸਤਾ ਪਾ ਕੇ ਕਹਿਣਾ ਉਹ ਇਸ ਲੀਕ ਨੂੰ ਟੱਪਿਓ ਜਿਨੇ ਇਸ ਪਾਵਨ ਇਤਿਹਾਸਕ ਅਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ ਸ਼ਹੀਦ ਹੋਣਾ ਜਿਹਨੂੰ ਜਾਨ ਪਿਆਰੀ ਉਹ ਵਾਪਸ ਜਾ ਸਕਦਾ ਲਗਭਗ 2200 ਦੇ ਕਰੀਬ ਬਸ਼ਾਲਾ ਮਾਰਕੀਟ ਟੱਪ ਗਏ ਕਰਤਾਰ ਸਿੰਘ ਝੱਬਰ ਨੇ 2200 ਦੇ 11 ਜਥੇ ਤਿਆਰ ਕਰ ਲਏ ਹਰੇਕ ਦਾ ਇੱਕ ਇੱਕ ਜਥਾ ਬਣ ਗਿਆ ਇਹ ਪਹੁੰਚਦੇ ਆ ਤੇ ਸਾਧ ਸੰਗਤ ਅੱਖਾਂ ਦੇ ਵਿੱਚ ਹੰਝੂ ਸੀ ਸਭ ਕੋ ਜੋ ਕੁਝ ਉਹਨਾਂ ਨੇ ਵੇਖਿਆ ਸਾਹਮਣੇ ਜਾ ਕੇ ਇੰਨੇ ਚਿਰ ਨੂੰ ਸਰਕਾਰ ਨੂੰ ਪਤਾ ਲੱਗ ਗਿਆ ਕਿਉਂਕਿ ਗੋਰੀ ਸਰਕਾਰ ਅੰਗਰੇਜ਼ੀ ਸਰਕਾਰ ਸੀ ਇੱਥੇ ਉਹਨਾਂ ਦੇ ਡੀਸੀ ਜੋ ਵੀ ਕੁਝ ਹੈ ਉਹ ਪਹੁੰਚੇ ਵੱਡੇ ਅਫਸਰ ਇਨਾਂ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦਰਬਾਰ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਪੁਲਿਸ ਲੱਗ ਗਈ ਚਾਰੇ ਪਾਸੇ। ਮਿਸਟਰ ਕਿੰਗ ਵਰਗੇ, ਮਿਸਟਰ ਕਰੀ ਵਰਗੇ ਇੱਥੇ ਅਫਸਰ ਪਹੁੰਚੇ ਹੋਏ ਆ। ਸਰਦਾਰ ਕਰਤਾਰ ਸਿੰਘ ਛੱਬਰ ਦੇ ਨਾਲ ਮਿਸਟਰ ਕਿੰਗ ਦੀ ਵਾਰਤਾ ਹੁੰਦੀ ਹੈ। ਆਹ ਦੇ ਖਾਲਸਾ ਜੀ ਤੁਸੀਂ ਇੱਥੋਂ ਵਾਪਸ ਚਲੇ ਜਾਓ ਕਿਉਂਕਿ ਸਰਕਾਰ ਨੇ ਦਰਬਾਰ ਸਾਹਿਬ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ। ਸਰਦਾਰ ਕਰਤਾਰ ਸਿੰਘ ਛੱਬਰ ਦੀ ਅਗਲੋ ਬੋਲ ਸੀ ਆਹ ਦਾ ਨਰੈਣੂ ਮੰਤ ਤੋਂ ਵੀ ਆਜ਼ਾਦ ਕਰਵਾ ਲਿਆ ਤੇ ਅੱਜ ਤੁਹਾਡੇ ਤੋਂ ਵੀ ਆਜ਼ਾਦ ਕਰਵਾ ਲਵਾਂਗੇ ਆਦੇ ਵਾਪਸ ਨਹੀਂ ਜਾਵਾਂਗੇ ਮਿਸਟਰ ਕਿੰਗ ਕੌਣ ਅਫਸਰ ਹੈ ਅੰਗਰੇਜ਼ੀ ਸਰਕਾਰ ਇਹ ਗੱਲ ਕਹਿੰਦਾ ਆਹ ਦਾ ਵੀ ਜੇ ਅਗਲੇ ਬਣੇ ਉਹ ਕਿੰਗ ਦਾ ਜਵਾਬ ਸੀ ਆਹ ਦਾ ਜੇ ਅਗਾਹ ਗਏ ਉਹ ਸਾਹਮਣੇ ਕਹਿੰਦਾ ਵੀ ਸਾਡੀਆਂ ਸਟੇਨ ਗੰਨ ਬੀੜੀਆਂ ਹੋਈਆਂ ਔਰ ਤੁਹਾਡੇ ਛਲਣੀ ਛਲਣੀ ਸਰੀਰ ਹੋ ਜਾਣਗੇ ਇਹਨਾਂ ਦੇ ਤੁਸੀਂ ਆਜ ਜ਼ਿੰਮੇਵਾਰ ਹੋਵੋਗੇ ਆਹਦਾ ਅਸੀਂ ਤੇ ਖੁਦ ਆਪਣੇ ਸੀਸ ਨੂੰ ਤਲੀ ਤੇ ਰੱਖ ਕੇ ਆਏ ਆਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਨੂੰ ਆਜ਼ਾਦ ਕਰਵਾ ਕੇ ਵਾਪਸ ਜਾਵਾਂਗੇ ਇਹ ਗੱਲ ਜਦੋਂ ਹੋਈ ਉਹਨਾਂ ਦੇ ਜੋਸ਼ ਦੇ ਅੱਗੇ ਹੁਣ ਮਿਸਟਰ ਕਿੰਗ ਨੂੰ ਆਪਣਾ ਸਿਰ ਝੁਕਾਉਣਾ ਪਿਆ ਆਂਦਾ ਜਨਾਬ ਤੁਸੀਂ ਕੀ ਚਾਹੁੰਦੇ ਹੋ ਜਦੋਂ ਇੰਨੀ ਗੱਲ ਆਖੀ ਸਰਦਾਰ ਕਰਤਾਰ ਸਿੰਘ ਝੱਬਰ ਕਹਿੰਦਾ ਅਸੀਂ ਕੁਝ ਨਹੀਂ ਚਾਹੁੰਦੇ ਅਸੀਂ ਇਹ ਚਾਹੁੰਨੇ ਆ ਕਿ ਨਨਕਾਣਾ ਸਾਹਿਬ ਦਾ ਪ੍ਰਬੰਧ ਖਾਲਸੇ ਦੇ ਹੱਥਾਂ ਵਿੱਚ ਆ ਜਾਵੇ ਅਸੀਂ ਕੁਝ ਨਹੀਂ ਚਾਹੁੰਦੇ ਆਹੀ ਚਾਹੁੰਨੇ ਆ ਜਦੋਂ ਇਹ ਗੱਲ ਹੋਈ ਮਿਸਟਰ ਕਿੰਗ ਪਿੱਛੇ ਆਪਣੇ ਅਫਸਰਾਂ ਦੇ ਕੋਲ ਗਿਆ ਆਪਸ ਵਿੱਚ ਸਲਾਹ ਕੀਤੀ ਔਰ ਕਰਤਾਰ ਸਿੰਘ ਚੱਬਰ ਨੂੰ ਆ ਕੇ ਜਵਾਬ ਦਿੱਤਾ ਆਂਦੇ ਤੁਸੀਂ ਅੱਜ ਦੀ ਰਾਤ ਰੁਕ ਜਾਓ ਕੱਲ ਆਵੇਗੀ ਤੁਹਾਨੂੰ ਚਾਬੀਆਂ ਦੇ ਦਿੱਤੀਆਂ ਜਾਣਗੀਆਂ ਪਰ ਉਹਨਾਂ ਸਿੱਖਾਂ ਦੇ ਅੰਦਰ ਇੰਨਾ ਜੋਸ਼ ਸੀ ਇਹਨਾਂ ਦੇ ਅੰਦਰ ਸੀ ਇੱਕ ਸਰਦਾਰ ਗਿਆਨ ਸਿੰਘ ਉਹਨੇ ਉਹਨਾਂ ਦੇ ਕੋਲ ਛਵੀ ਹੈ ਉਹਨੇ ਥੱਲੇ ਜ਼ਮੀਨ ਤੇ ਮਾਰ ਕੇ ਆਖਿਆ ਤੁਸੀਂ ਇੱਕ ਰਾਤ ਦੀ ਗੱਲ ਕਹਿੰਦੇ ਹੋ ਅਸੀਂ ਇੱਕ ਪਲ ਇੰਤਜ਼ਾਰ ਨਹੀਂ ਕਰ ਸਕਦੇ ਅਸੀਂ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਕਰਨ ਜਾਣਾ ਆਪਣੇ ਸਿੱਖਾਂ ਦੇ ਸਰੀਰਾਂ ਨੂੰ ਸੰਭਾਲਣਾ ਇੱਕ ਪਲ ਵੀ ਇੱਕ ਮਿੰਟ ਵੀ ਸਤਸੰਤ ਇਹਨਾਂ ਦੀਆਂ ਬੋਲੀਆਂ ਇਹਨਾਂ ਦੇ ਜਜ਼ਬੇ ਇਹਨਾਂ ਦੇ ਭਰੋਸੇ ਇਹਨਾਂ ਦੇ ਵਿਸ਼ਵਾਸ ਇਹਨਾਂ ਦੇ ਸਿੱਦਕ ਸਬਰ ਦੇ ਅੱਗੇ ਸਰਕਾਰ ਨੂੰ ਝੁਕਣਾ ਪੈ ਗਿਆ ਉਹਨਾਂ ਨੇ ਆਖਿਆ 2 ਮਿੰਟ ਰੁਕੋ ਤੁਹਾਨੂੰ ਹੁਣੇ ਦੇ ਦਿੰਨੇ ਆ ਮਿਸਟਰ ਕਿੰਗ ਵਾਪਸ ਗਿਆ ਚਾਬੀਆਂ ਲਾ ਕੇ ਸਰਦਾਰ ਕਰਤਾਰ ਸਿੰਘ ਛੱਬਰ ਦੀ ਤਲੀ ਤੇ ਟਿਕਾ ਦਿੱਤੀ ਕਬਜ਼ਾ ਮਿਲ ਗਿਆ ਨਨਕਾਣਾ ਸਾਹਿਬ ਦਾ ਮਿਸਟਰ ਸਰਦਾਰ ਕਰਤਾਰ ਸਿੰਘ ਚੱਬਰ ਨੂੰ ਮਿਸਟਰ ਕਿੰਗ ਕਹਿੰਦਾ ਕਿ 10 ਕੁ ਮਿੰਟ ਖਲੋ ਜਾਓ ਤਾਂ ਜੋ ਜਿਹੜੀ ਸਾਡੀ ਫੌਜ ਲੱਗੀ ਹੈ ਨਾ ਇਸ ਫੌਜ ਨੂੰ ਅਸੀਂ ਪਾਸੇ ਕਰ ਲਈਏ ਇਤਿਹਾਸ ਕਰ ਕਹਿੰਦੇ ਨੇ ਸਾਰੀ ਫੌਜ ਪਾਸੇ ਕਰ ਲਈ ਗਈ ਇਹ ਤੋਂ ਬਾਅਦ ਸਰਦਾਰ ਕਰਤਾਰ ਸਿੰਘ ਚੱਬਰ ਜਥਾ ਲੈ ਕੇ ਅੰਦਰ ਪ੍ਰਵੇਸ਼ ਹੋ ਗਿਆ ਪਰ ਜਦੋਂ ਪ੍ਰਵੇਸ਼ ਹੋਇਆ ਨਾ ਅੱਖਾਂ ਦੇ ਵਿੱਚ ਹੰਝੂ ਆ ਗਏ ਸਾਧ ਸੰਗਤ ਖੋਪਰੀਆਂ ਲੱਥੀਆਂ ਹੋਈਆਂ ਸਿੱਖਾਂ ਦੇ ਖੋਪਰੀਆਂ ਸੀਸ ਅਲੱਗ ਸੀ ਧੜਾਂ ਦੇ ਨਾਲ ਕੇਵਲ ਇਤਿਹਾਸ ਪੜ੍ਹ ਕੇ ਵੇਖਿਓ ਕੇਵਲ 4 ਹੀ ਲਾਸ਼ਾਂ ਮਿਲੀਆਂ ਜਿਹੜੀਆਂ ਸਾਬਤ ਐ 4 ਹੀ ਲਾਸ਼ਾਂ ਬਾਕੀ 115 ਖੋਪਰੀਆਂ ਮਿਲੀਆਂ ਜਿਨ੍ਹਾਂ ਦੇ ਵਿੱਚੋਂ ਲਗਭਗ 14 ਕੇ 15 ਦੀ ਗੱਲ ਆਈ ਐ ਉਹ ਖੋਪਰੀਆਂ ਸੀ ਜਿਹੜੀਆਂ ਪੂਰਨ ਤੌਰ ਤੇ ਸਾਬਤ ਨਹੀਂ ਸੜੀਆਂ ਹੋਈਆਂ ਸਾਸਨਤ ਕਿੱਡਾ ਵੱਡਾ ਨੁਕਸਾਨ ਹੋਇਆ ਇਤਿਹਾਸਕਾਰ ਕਹਿੰਦਾ ਆਂਦਾ ਵੀ ਇਹ ਤੇ ਖੋਪਰੀਆਂ ਦੀ ਗੱਲ ਹੈ ਤਿੰਨ ਟੋਕਰੇ ਉਹ ਭਰੇ ਮਿਲੇ ਜਿਹੜੇ ਬੋਟੀਆਂ ਦੇ ਸੀ మాਸ ਕਿੰਨਾ ਉੱਥੇ ਵਢਾਂਗਾ ਆਇਆ ਹੋਵੇਗਾ ਤਿੰਨ ਟੋਕਰੇ ਉਹ ਜਿਹੜੇ ਬੋਟੀਆਂ ਸੀ ਮਾਸ ਦੀਆਂ ਔਰ ਕਹਿੰਦੇ ਵੀ 110 ਟੋਕਰੇ ਉਹ ਮਿਲੇ ਜਿਹੜੇ ਸਿੱਖਾਂ ਦੀਆਂ ਹੱਡੀਆਂ ਸੜੀਆਂ ਅੱਧ ਸੜੀਆਂ ਦੇ ਨਾਲ ਇਕੱਠੇ ਕਰਕੇ ਉੱਥੇ ਲਿਆਂਦੇ ਗਏ ਜਿੱਥੇ ਇਹਨਾਂ ਦਾ ਸੰਸਕਾਰ ਕੀਤਾ ਜਾਣਾ ਅੰਗੀਠਾ ਤਿਆਰ ਹੋਇਆ ਪਹਿਲਾਂ ਚਾਰ ਲਾਸਾਂ ਜਿਹੜੀਆਂ ਸਾਬਤ ਐ ਨਾ ਉਹ ਰੱਖੀਆਂ ਗਈਆਂ ਉਦੋਂ ਬਾਅਦ ਖੋਪਰੀਆਂ ਜਿਹੜੀਆਂ ਉਹ ਟਕਾਈਆਂ ਗਈਆਂ ਸਾਸੰਗ ਜਦੋਂ ਉਹ ਉਹਨਾਂ ਨੇ ਟਕਾਈਆਂ ਹੋਣਗੀਆਂ ਉਹਨਾਂ ਦਾ ਹਿਰਦਾ ਬਲੁੰਦਰਿਆ ਗਿਆ ਹੋਵੇਗਾ ਸਿੱਖਾਂ ਦਾ ਔਰ ਕਿਹੜੇ ਤਰੀਕੇ ਦੇ ਨਾਲ ਉਹਨਾਂ ਸਿੱਖਾਂ ਨੇ ਨਨਕਾਣਾ ਸਾਹਿਬ ਅੰਗੀਠਾ ਸਾਹਿਬ ਤਿਆਰ ਕਰਕੇ ਉਹਨਾਂ ਸਿੱਖਾਂ ਬੀਬੀਆਂ ਬੱਚਿਆਂ ਨੌਜਵਾਨਾਂ ਦਾ ਸੰਸਕਾਰ ਕੀਤਾ ਹੋਵੇਗਾ ਅੱਜ ਦਾ ਉਹ ਦਿਨ ਸੀ ਜਿਹੜਾ ਮਹਾਨ ਸਾਕਾ ਵਾਪਰਿਆ ਅੱਜ ਦੇ ਦਿਨ ਆਜ਼ਾਦ ਕਰਵਾਇਆ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਨੂੰ ਅੱਜ ਅਸੀਂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਦਰਬਾਰ ਚਾਹੇ ਵੀਜ਼ਾ ਲਾ ਕੇ ਚਲਾ ਜਾਂਦਾ ਹੈ ਪਰ ਫਿਰ ਵੀ ਦੇਖੋ ਕਿੱਡਾ ਵੱਡਾ ਐਤਕੀ ਸਾਧ ਸੰਗਤ ਫਰੇਵ ਕੀਤਾ ਸਮੇਂ ਦੀ ਸਰਕਾਰ ਨੇ ਵੀਜ਼ੇ ਲੱਗ ਚੁੱਕੇ ਆ ਔਰ ਸਿੱਖ ਜਾਣ ਨੂੰ ਤਿਆਰ ਹੈ ਜਿਵੇਂ ਕੱਲ ਨੂੰ ਜਾਣਾ ਹੈ ਨਾ ਅੱਜ ਉਧਰੋਂ ਕੇਂਦਰ ਦੀ ਸਰਕਾਰ ਦੀ ਚਿੱਠੀ ਪਹੁੰਚਦੀ ਆ ਕਿ ਤੁਹਾਨੂੰ ਆਗਿਆ ਨਹੀਂ ਦਿੱਤੀ ਜਾਂਦੀ ਸਿੱਖਾਂ ਨੇ ਜਾਣਾ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਤੇ ਪਰ ਐਤ ਕੀ ਉਹਨਾਂ ਨੂੰ ਆਗਿਆ ਨਹੀਂ ਦਿੱਤੀ ਗਈ ਉਹ ਸਿੱਖਾਂ ਦਾ ਬਣਿਆ ਬਣਾਇਆ ਪ੍ਰੋਗਰਾਮ ਜਿਹੜਾ ਉਹ ਖਤਮ ਹੋ ਗਿਆ ਖਾਲਸੇ ਪੰਥ ਨੇ ਜਾਣਾ ਸੀ ਅੱਜ ਵੀ ਉਸੇ ਤਰ੍ਹਾਂ ਹੋ ਰਿਹਾ ਹੈ ਗੁਰੂ ਕਿਰਪਾ ਕਰੇ ਰਹਿਮਤ ਕਰੇ ਅਕਾਲ ਪੁਰਖ ਵਾਹਿਗੁਰੂ ਸਭਨਾਂ ਨੂੰ ਸਮੱਤ ਬਖਸ਼ਿਸ਼ ਕਰੇ ਤਾਂ ਜੋ ਜਿਹੜੀ ਇਨਸਾਨੀਅਤ ਦੀ ਗੱਲ ਗੁਰੂ ਨਾਨਕ ਸਾਹਿਬ ਕਰਨ ਵਾਸਤੇ ਆਏ ਸੀ ਉਹ ਇਨਸਾਨੀਅਤ ਦੀ ਗੱਲ ਅਸੀਂ ਕਰ ਸਕੀਏ ਆਪਣੇ ਵੱਡ ਵਡੇਰਿਆਂ ਨੂੰ ਯਾਦ ਕਰੀਏ ਜਿਨ੍ਹਾਂ ਦੀ ਖਾਤਰ ਅਸੀਂ ਆਜ਼ਾਦ ਆ ਗੁਰਦੁਆਮਾ ਦੇ ਅੰਦਰ ਦਰਸ਼ਨ ਕਰਨ ਵਾਸਤੇ ਜਾਂ ਆਪਣੇ ਪਿੰਡਾਂ ਦੇ ਵਿੱਚ ਬੈਠ ਕੇ ਆਜ਼ਾਦੀ ਦੇ ਨਾਲ ਗੁਰਬਾਣੀ ਦਾ ਜਾਪ ਕਰ ਰਹੇ ਆਂ ਸਮਾਗਮ ਮਨਾ ਰਹੇ ਆਂ ਸਾਧ ਸੰਗਤ ਇਹ ਸਮਾਗਮ ਸਾਡੇ ਤਾਂ ਹੀ ਮਨਾਏ ਸਫਲ ਹੋਣਗੇ ਜੇ ਅਸੀਂ ਆਪਣੀ ਨੌਜਵਾਨ ਪਨੀਰੀ ਤੇ ਆਪਣੇ ਬੱਚਿਆਂ ਨੂੰ ਸੰਭਾਲ ਲਈਏ ਔਰ ਇਹ ਤਾਂ ਹੀ ਹੋਣਗੇ ਜਦੋਂ ਅਸੀਂ ਗੁਰੂ ਘਰ ਦੇ ਅੰਦਰ ਬਹੁਤ ਸੋਹਣੇ ਪ੍ਰੋਗਰਾਮ ਉਲੀਕਾਂਗੇ ਗੁਰੂ ਘਰ ਦੇ ਵਜ਼ੀਰ ਬੜੇ ਸੋਹਣੇ ਤਰੀਕੇ ਦੇ ਨਾਲ ਪ੍ਰੋਗਰਾਮ ਉਲੀਕਣਗੇ ਔਰ ਜਾਂ ਸਾਧ ਸੰਗਤ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਾਂਗੇ ਜਾ ਜੋੜਨਗੇ ਇਤਿਹਾਸ ਦੇ ਨਾਲ ਜੋੜਨੇ ਭਾਈ ਸਾਹਿਬ ਉਹਨਾਂ ਦਾ ਬੜਾ ਸੋਹਣਾ ਸੁਚੱਜਾ ਪ੍ਰਬੰਧ ਹੈ ਆਪ ਹੀ ਸੰਗਤਾਂ ਬੜਾ ਉਹਨਾਂ ਨੂੰ ਸਹਿਯੋਗ ਦਿੰਦੇ ਇੱਕ ਦੋ ਵਾਰ ਆਪ ਜੀ ਦੇ ਦਰਸ਼ਨ ਕੀਤੇ ਆ ਆਪ ਜੀਆਂ ਦਾ ਹੁਕਮ ਹੁੰਦਾ ਹੈ ਤੇ ਭਾਈ ਸਾਹਿਬ ਜੀ ਦੇ ਜ਼ਰੀਏ ਸਾਡੇ ਕੋਲ ਪਹੁੰਚ ਜਾਂਦਾ ਹੈ ਬਹੁਤ ਸੋਹਣੀਆਂ ਸੇਵਾਵਾਂ ਨਿਭਾਉਂਦੇ ਆ ਪਿੰਡਾਂ ਦੇ ਵਿੱਚ ਜਾ ਕੇ ਉਹ ਹਾਜ਼ਰੇ ਵੀ ਭਰਦੇ ਆ ਢਾਡੀ ਜੱਥਾ ਕਵੀਸ਼ਰੀ ਜੱਥਾ ਜਾਂ ਕਥਾ ਦੇ ਜ਼ਰੀਏ ਧੰਨਵਾਦ ਇਹਨਾਂ ਦਾ ਇਲਾਕੇ ਦੇ ਵਿੱਚ ਸਾਨੂੰ ਵੀ ਸਹਿਯੋਗ ਦਿੰਦੇ ਔਰ ਅੱਜ ਇਹਨਾਂ ਦਾ ਵਿਸ਼ੇਸ਼ ਤੌਰ ਤੇ ਧਰਮ ਪ੍ਰਚਾਰ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕੀਤਾ ਜਾਵੇਗਾ ਤਾਂ ਜੋ ਇਸੇ ਤਰ੍ਹਾਂ ਆਵਾਜ਼ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੀ ਘਰ ਘਰ ਦੇ ਵਿੱਚ ਬਲੰਦ ਹੋਵੇ ਗੁਰੂ ਘਰਾਂ ਨੂੰ ਈਰਖਾ ਦੇ ਘਰ ਨਾ ਬਣਾਈਏ ਇੱਥੇ ਅਸੀਂ ਪਿਆਰ ਵੰਡਣਾ ਹੈ ਔਰ ਪਿਆਰ ਵੰਡਣ ਦੇ ਨਾਲ ਹੀ ਰੱਬ ਦੇ ਨਾਲ ਮਿਲਿਆ ਜਾ ਸਕਦਾ ਹੈ ਕਿਉਂਕਿ ਸਾਚ ਕਹੋ ਸੁਨ ਲਿਹੁ ਸਬੈ ਜਿਨ ਪ੍ਰੇਮ ਕੀਓ ਤਿਨਹੀ ਪ੍ਰਪਾਇਓ ਇਥੋਂ ਪ੍ਰੇਮ ਦੀ ਆਵਾਜ਼ ਉੱਠੇ ਤਾ ਜੋ ਘਰਾਂ ਘਰਾਂ ਦੇ ਅੰਦਰ ਇਹ ਆਵਾਜ਼ ਪਹੁੰਚ ਸਕੇ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਸਮੂਹੀਆਂ ਸੰਗਤਾਂ ਦਾ ਧੰਨਵਾਦ ਭਾਈ ਸਾਹਿਬ ਉਹਨਾਂ ਦਾ ਧੰਨਵਾਦ ਕੋਟਨ-ਕੋਟ ਸ਼ੁਕਰ ਹੈ ਤਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਜਿਨ੍ਹਾਂ ਦੀ ਪਾਵਨ ਗੋਦੀ ਵਿੱਚ ਬੈਠ ਕੇ ਅੱਜ ਆਪਾਂ ਉਹਨਾਂ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਸਾਂ ਜਿਨ੍ਹਾਂ ਨੇ ਨਨਕਾਣਾ ਸਾਹਿਬ ਦੀ ਪਾਵਨ ਧਰਤੀ ਨੂੰ ਆਜ਼ਾਦ ਕਰਵਾਇਆ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ